ਤਾੜੀਆਂ ਕਲਾਕਾਰਾਂ ਲਈ, ਖਿਡਾਰੀਆਂ ਲਈ ਰੂਹ ਦੀ ਖੁਰਾਕ ਹੁੰਦੀਆਂ ਨੇ ਤਾੜੀਆਂ ਨਾਲ ਬੱਚਿਆਂ ਦੀ। ਚਾਵਾ 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 ਤਾੜੀਆਂ ਨਹੀਂ ਰੁਕਣੀਆਂ ਚਾਹੀਦੀਆਂ ਜੀ, ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ, ਤਾੜੀਆਂ ਮਾਰ ਕੇ ਸ਼ਾਬਾ ਬੱਚਿਓ ਸ਼ਾਬਾ। ਪਬਲਿਕ ਆ ਰਹੀ ਹੈ, ਬਹੁਤ ਆਨੰਦ ਲੈ ਰਹੀ ਹੈ, ਰੌਣਕਾਂ ਲੱਗ ਗਈਆਂ ਬਹੁਤ ਜ਼ਿਆਦਾ, ਪੂਰੀਆਂ ਫੁੱਲ ਰੌਣਕਾਂ। ਇਹ ਤਾਂ ਪਿੰਨੀਆਂ ਵੀ ਆ ਵਿੱਚ? ਹਾਂਜੀ, ਅਸੀਂ ਚਾਹ ਵੀ ਲੈ ਆਓ, ਫਿਰ ਇਕੱਠੇ ਬਹਿ ਜਾਂਦੇ ਆ। ਇਹ ਕੀ ਹੁੰਦਾ ਜੀ, ਗੱਬੂ ਕੁਛ? ਕੋਈ ਵੀ ਲੰਗਰ ਜਾਣੀ, ਇੱਥੇ ਲੰਗਰ ਖੁੱਲ੍ਹਾ ਹੀ ਆ ਕੰਮ? ਖੁੱਲ੍ਹਾ ਹੀ ਆ ਕੰਮ ਜੀ। ਕੱਲ ਨੂੰ ਆ ਜਾਓ, 3 ਦਿਨ ਤਾਂ ਹੀ ਰੱਖਿਆ ਹੈ ਵੀ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਲਈ ਆ। ਪਕੌੜਾ ਖਾਧਾ ਕਿ ਬੇਸਣ ਖਾਧਾ? ਬੇਸਣ ਵੀ ਖਾਧਾ, ਪਕੌੜਾ ਵੀ ਖਾਧਾ। 1, 2, 3, 4, 5, 6, 7, 9, 10, 11, 12, 13, 14, 15, 16, 17, 18, 19, 20, ਚੀਕਾਂ ਕਢਾਤੀਆਂ। ਲਓ ਵੀ ਇੱਥੇ ਭਾਪਾ ਵੀ ਖੇਡਦਾ ਹੁੰਦਾ ਪੰਜਾਬ ਦੇ ਵਿੱਚ, ਆਪਾਂ ਭਾਪਾ ਖੇਡਣਾ ਛੜਾਤਾ ਹੁਣ। ਸਵੇਰੇ ਅਸੀਂ 5:30 ਵਜੇ ਦੇ ਕਰੀਬ ਦੇ ਆਏ ਹੋਏ, 5:30। ਜਿੰਨੇ ਵੀ ਸੱਜਣ ਇੱਥੇ ਬੈਠੇ ਨੇ ਸਾਰੇ ਵਲੰਟੀਅਰ ਨੇ, ਸਾਰੇ ਆਪੋ ਆਪਣੇ ਕੰਮ ਧੰਦੇ ਜਿਹੜੇ ਉਹ ਛੱਡ ਕੇ ਆਏ ਹੋਏ ਨੇ। ਦੁੱਧ ਥੋੜੀ ਜਿਹਾ ਜ਼ਿਆਦਾ ਪਾ ਦਿਓ, ਮੈਂ ਦੇਣੀ ਆ। ਬਿਲਕੁਲ ਜੀ, ਜ਼ਰੂਰ ਜੀ, ਜ਼ਰੂਰ। ਵੀ ਸਾਡਾ ਮੂੰਹ ਦਿਖਾ ਦਿਓ। ਆਹ ਦੇਖੋ ਜੀ, ਦੇਖ ਲਓ। ਗੁਰੂਆਂ ਪੀਰਾਂ ਫਕੀਰਾਂ ਦੀ ਇਹ ਧਰਤੀ, ਮਿੱਠੀ ਬੋਲੀ ਇਹ ਪਾਵਨ ਪੰਜਾਬ ਦੀ ਹੈ, ਵਗਰੇ ਨੇ ਰਾਵੀ ਬਿਆਸ ਜਿੱਥੇ, ਬੋਲੀ ਸਤਲੁਜ ਤੇ ਜੇਲਮ ਚਨਾਬ ਦੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਆਸਟ੍ਰੇਲੀਆ ਦੀਆਂ 36ਵੀਆਂ ਸਿੱਖ ਖੇਡਾਂ ਜਿਹੜੀਆਂ ਕਿ ਐਡੀਲੇਡ ਦੇ ਵਿੱਚ ਹੋ ਰਹੀਆਂ, ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਧਰਲੇ ਪਾਸੇ ਲੰਗਰ ਪ੍ਰਸ਼ਾਦਾ ਜਿਹੜਾ ਉਹ ਚੱਲ ਪਿਆ। ਇਸ ਵੇਲੇ ਪਕੌੜੇ, ਮਠਿਆਈ, ਪਿੰਨੀਆਂ, ਹਰ ਤਰ੍ਹਾਂ ਦਾ ਲੰਗਰ ਜਿਹੜਾ ਇਸ ਵੇਲੇ ਲਾਈਨਾਂ, ਸਵੇਰੇ 10 ਵਜੇ ਨੇ ਅੱਜ ਕੱਲ੍ਹ ਤੇ ਪਰਸੋਂ, 3 ਦਿਨ ਇਹ ਖੇਡਾਂ ਹੋਣੀਆਂ ਤੇ ਤੁਸੀਂ ਸਵੇਰੇ 10 ਵਜੇ ਦੇ ਹਿਸਾਬ ਦੇ ਨਾਲ ਮਾਹੌਲ ਜਿਹੜਾ ਉਹ ਦੇਖ ਲਓ। ਤੇ ਸਭ ਤੋਂ ਵੱਡੀ ਗੱਲ, ਬੱਚਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਵੱਖ ਵੱਖ ਖੇਡ ਵੰਨਗੀਆਂ ਦੇ ਵਿੱਚ। ਪੰਜਾਬੀ ਭਾਈਚਾਰਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਵੱਸਦਾ, ਨਿਊਜ਼ੀਲੈਂਡ ਦੇ ਵਿੱਚ ਵੱਸਦਾ, ਉਹਨਾਂ ਦਾ ਇਧਰਲੇ ਪਾਸੇ ਕਬੱਡੀ ਦੇ ਨਾਲ ਨਾਲ ਬਾਕੀ ਖੇਡਾਂ ਦੇ ਵਿੱਚ ਰੁਝਾਨ ਤੁਸੀਂ ਦੇਖੋ ਕਿੰਨਾ ਜ਼ਿਆਦਾ ਕਿ ਬਹੁਤ ਸਾਰੇ ਬੱਚੇ ਨੇ ਵੱਖ ਵੱਖ ਰੰਗਾਂ ਦੀਆਂ ਯੂਨੀਫਾਰਮ ਪਾ ਕੇ ਜਿਹੜਾ ਉਹ ਬੱਚੇ ਇੱਥੇ ਆਏ ਹੋਏ ਨੇ। ਤੇ ਉਹਦੇ ਤੋਂ ਵੀ ਵੱਡੀ ਗੱਲ ਕਿ $1 ਦਾ ਵੀ ਇਹਨਾਂ ਖੇਡਾਂ ਦੇ ਵਿੱਚ ਇਨਾਮ ਨਹੀਂ ਮਿਲਦਾ। ਪੇਰੈਂਟਸ, ਮਾਪੇ ਆਪਣੇ ਬੱਚਿਆਂ ਦੇ ਭਵਿੱਖ ਦੇ ਪ੍ਰਤੀ ਇੰਨੇ ਜਾਗਰੂਕ ਨੇ ਕਿ ਕੋਲੋਂ ਪੈਸੇ ਖਰਚ ਕੇ, ਟਿਕਟਾਂ ਲਾ ਕੇ, ਗੱਡੀਆਂ 'ਚ ਤੇਲ ਪਾ ਕੇ, ਇੱਥੇ ਕਮਰੇ ਵੀ ਆਪਣੇ ਕਿਰਾਏ ਦੇ ਉੱਤੇ ਲੈ ਕੇ ਹੋਟਲਾਂ ਦੇ ਵਿੱਚੋਂ ਰਹਿੰਦੇ ਨੇ, ਪਰ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਜਿਹੜਾ ਉਹ ਯਤਨ ਉਹਨਾਂ ਨੇ ਲਗਾਤਾਰ ਕਰਦੇ ਰਹਿਣਾ। ਤੇ ਅਸੀਂ ਇਧਰਲੇ ਪਾਸੇ ਦਿਖਾ ਦਿੰਦੇ ਹਾਂ ਕਿ ਮਾਹੌਲ ਜਿਹੜਾ ਉਹ ਕਿਸ ਤਰੀਕੇ ਦਾ ਬਣਿਆ ਹੋਇਆ। ਤੇ ਇਸ ਵੇਲੇ ਗੁਰੂ ਕਾ ਲੰਗਰ ਜਿਹੜਾ ਇਧਰਲੇ ਪਾਸੇ ਚੱਲ ਰਿਹਾ ਤੇ ਕਤਾਰਾਂ ਦੂਰ ਦੂਰ ਤੱਕ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ, ਬਿਲਕੁਲ ਅਨੁਸ਼ਾਸਨ ਦੇ ਵਿੱਚ ਰਹਿ ਕੇ ਜਿਹੜਾ ਇੱਥੇ ਲੰਗਰ। ਪੁੱਤ, ਕੀ ਹਾਲ ਚਾਲ ਆ? ਠੀਕ ਹੋ? ਤੁਹਾਡਾ ਕੀ ਨਾਮ ਆ? ਅੱਛਾ ਜੀ, ਸੇਵਾ ਕਰ ਰਹੇ ਹੋ ਇੱਥੇ? ਠੀਕ ਹੈ ਜੀ। ਕਦੋਂ ਦੇ ਆਏ ਹੋਏ ਹੋ? ਅੱਧਾ ਘੰਟਾ ਹੋ ਗਿਆ। ਹੈਲੋ, ਕੀ ਹਾਲ ਚਾਲ ਨੇ? ਠੀਕ ਹੋ? ਗੁੱਡ, ਠੀਕ ਹੈ ਜੀ। ਬੋਲ ਰਿਹਾ ਜੀ, ਨਾਂ ਦੱਸਦਾ, ਨਾਮ ਇੱਕ ਵਾਰੀ ਫਿਰ ਦੱਸ ਦਿਓ। ਹਨੀ। ਠੀਕ ਹੈ। ਤੇ ਪੁੱਤੇ, ਕੀ ਆ, ਸ਼ੱਕਰ ਬਾਰੇ ਆ? ਮਿੱਠੇ ਹੁੰਦੇ ਆ ਕਿ ਲੂਣ ਵਾਲੇ? ਮਿੱਠੇ ਹੁੰਦੇ। ਮਿੱਠੇ ਹੁੰਦੇ ਆ, ਠੀਕ ਹੈ, ਗੁੱਡ ਗੁੱਡ ਗੁੱਡ। ਕਿਹਦੇ ਨਾਲ ਆਏ, ਮੰਮੀ ਨਾਲ ਕਿ ਡੈਡੀ ਨਾਲ?
ਡੈਡੀ ਦਾ ਨਾਮ ਦੱਸ ਦਿਓ। ਠੀਕ ਹੈ, ਅੱਛਾ ਇਹ ਖੇਡਦੀ ਆ ਬੱਚੀ? ਬੱਚੀ ਨੀ ਖੇਡਦੀ, ਬੱਚੀ ਦੇ ਪਾਪਾ ਖੇਡਦੇ, ਬੱਚੀ ਦੇ ਪਾਪਾ ਖੇਡਦੇ ਆ। ਠੀਕ ਹੈ, ਹਾਕੀ ਖੇਡਦੇ ਬੱਚੀ ਦੇ ਪਾਪਾ, ਹਾਕੀ ਖੇਡਦੇ ਆ। ਹਾਂਜੀ, ਇਹਦੇ ਦਾਦਾ ਜੀ ਸੇਵਾ ਕਰਦੇ, ਕਰਨੈਲ ਸਿੰਘ ਜੀ ਮੇਨ ਜਿਹੜੇ। ਅੱਛਾ, ਇਧਰਲੇ ਪਾਸੇ ਉਹ ਸੇਵਾ ਕਰਦੇ ਆ, ਬੱਚੀ ਦਾ ਡੈਡੀ ਖੇਡਦਾ ਆ ਤੇ ਇਹ ਆਪ ਸੇਵਾ ਕਰਦੇ? ਇਹ ਸੇਵਾ ਕਰਦੇ ਹਾਂ, ਬੱਚੀ ਦੀ ਮੰਮਾ ਵੀ ਇੱਥੇ ਸੇਵਾ ਕਰਦੀ ਹੋਣੀ ਆ। ਠੀਕ ਹੈ ਜੀ, ਮੈਂ ਬੱਚੀ ਦੀ ਦਾਦੀ ਆ। ਅੱਛਾ, ਕੀ ਬਾਤ ਹੈ ਜੀ, ਤੁਹਾਡੀ ਡਿਊਟੀ ਆ ਵੀ ਇਹਦੇ ਨਾਲ ਨਾਲ ਰਹਿਣਾ? ਨਿਗਰਾਨੀ ਤਾਂ ਰੱਖਣੀ ਪੈਂਦੀ ਨਾ ਬੱਚੇ ਦੀ। ਠੀਕ ਹੈ ਜੀ, ਹਾਂਜੀ ਹਾਂਜੀ, ਚਲੋ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੋ ਹਾਂਜੀ, ਸ਼ੁਕਰੀਆ ਜੀ। ਸੋ ਭਾਜੀ ਕੀ ਹਾਲ ਚਾਲ ਨੇ? ਪਬਲਿਕ ਆ ਰਹੀ ਹੈ, ਬਹੁਤ ਆਨੰਦ ਲੈ ਰਹੀ ਹੈ, ਰੌਣਕਾਂ ਲੱਗ ਗਈਆਂ ਬਹੁਤ ਜ਼ਿਆਦਾ, ਪੂਰੀਆਂ ਫੁੱਲ ਰੌਣਕਾਂ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ, ਨਹੀਂ ਬਿਲਕੁਲ ਠੀਕ ਹੈ ਜੀ। ਕੀ ਹਾਲ ਨੇ ਜੀ? ਠੀਕ ਠਾਕ ਹੋ? ਹੋਰ ਸੁਣਾਓ, ਦੋ ਪਕੌੜੇ ਨਾ ਸਰ ਜਾਊ? ਹਾਂਜੀ ਹਾਂਜੀ, ਮੈਂ ਆ ਗਿਆ ਨਾਲ, ਇੱਕ ਹੋਰ ਰੱਖ ਲਓ। ਹਾਂਜੀ ਆ ਜਾਓ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ ਜੀ? ਠੀਕ ਹੈ ਜੀ, ਤੁਸੀਂ ਟਾਈਮ ਨਾਲ ਆ ਗਏ, ਵਧੀਆ ਹੋਇਆ। ਠੀਕ ਹੈ ਜੀ, ਕੀ ਖੇਡਦੇ ਆ ਜੀ ਬੱਚੇ? ਸੌਕਰ। ਸੌਕਰ, ਹਾਂਜੀ। ਉਹ ਹਟਿਆ ਮੈਚ? ਹਾਂਜੀ ਉਹ ਹਟਿਆ। ਰਿਜ਼ਲਟ ਕੀ ਰਿਹਾ? ਰਿਜ਼ਲਟ ਕੋਈ ਗੱਲ ਨਹੀਂ, ਹਾਂਜੀ ਹਾਰ ਜਿੱਤ ਤਾਂ ਬਣੀ ਆ। ਇੱਕ ਮੈਚ ਹੋਰ ਹੋਣਾ ਜੀ? ਹਾਂਜੀ ਹੋਰ। 1 ਵਜੇ? ਹਾਂਜੀ। ਠੀਕ ਹੈ ਜੀ, ਚਲੋ ਉਸ ਮੈਚ ਵੀ ਆਵਾਂਗੇ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹਾਲ ਚਾਲ ਜੀ? ਬਹੁਤ ਵਧੀਆ ਬਹੁਤ ਵਧੀਆ, ਚਲੋ ਵਧੀਆ ਜੀ, ਰੌਣਕਾਂ ਲੱਗੀਆਂ ਪਈਆਂ। ਹਾਂਜੀ ਹਾਂਜੀ ਬਿਲਕੁਲ ਜੀ, ਆਪਣੇ ਪੰਜਾਬੀ ਭਾਈਚਾਰਾ ਸਾਰਾ ਇੱਥੇ ਆਇਆ। ਹਾਂਜੀ ਠੀਕ ਹੈ, ਮਿਹਰਬਾਨੀ ਮਿਹਰਬਾਨੀ। ਪੁੱਤ ਕੀ ਹਾਲ ਚਾਲ ਆ? ਕੀ ਨਾਮ ਆ ਤੁਹਾਡਾ? ਮਹਿਤਾਬ। ਓ ਮਹਿਤਾਬ, ਇੱਥੇ ਬੈਠ ਕੇ ਚਾਹ ਪੀਣੀ, ਮੈਂ ਵੀ ਤੇਰੇ ਕੋਲ ਆ ਜਾਣਾ ਉੱਥੇ, ਮੈਂ ਤੇਰਾ ਇੱਕ ਬ੍ਰੈਡ ਪਕੌੜਾ ਖਾ ਜਾਣਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਭਾਜੀ ਕੀ ਹਾਲ ਚਾਲ ਨੇ? ਕੀ ਹਾਲ ਹੈ ਭਾਈ? ਠੀਕ ਠਾਕ ਹੋ? ਬਸ ਵਧੀਆ, ਤੁਸੀਂ ਸੁਣਾਓ? ਹੋਏ ਹੋ? ਹਾਂਜੀ ਹਾਂਜੀ। ਠੀਕ ਹੈ, ਇਹਦੇ ਵਿੱਚ ਸੌਸ ਆ? ਹਾਂਜੀ ਹਾਂਜੀ, ਇਹਦੇ ਵਿੱਚ ਸੌਸ ਆ। ਚਲੋ ਵਧੀਆ ਜੀ, ਠੀਕ ਹੈ, ਮਿਹਰਬਾਨੀ ਜੀ ਮਿਹਰਬਾਨੀ। ਭਾਜੀ ਕੀ ਹਾਲ ਚਾਲ ਨੇ ਜੀ? ਠੀਕ ਠਾਕ ਹੋ? ਠੀਕ ਹੈ ਜੀ। ਸੈਟੇ ਹੋਏ ਹੋ ਜੀ? ਕੀ ਹਾਲ ਹੈ ਭਾਈ ਜੀ? ਵਧੀਆ ਜੀ, ਠੀਕ ਹੈ ਜੀ। ਕਿੰਨੇ ਵਜੇ ਦੇ ਸਵੇਰੇ ਸ਼ੁਰੂ ਆ ਜੀ ਕੰਮ? ਅਸੀਂ ਤਾਂ ਸਵੇਰ 6 ਵਜੇ ਆਏ ਹੋਏ ਆ। 6 ਵਜੇ ਆਏ ਆ, ਰਾਤੀ 11 11:30 ਵਜੇ ਗਏ ਸੀਗੇ। ਠੀਕ ਹੈ ਜੀ, ਪ੍ਰਬੰਧ ਕਰਦੇ ਕਰਦੇ। ਹਾਂਜੀ, ਤੁਸੀਂ ਵੀ ਸੇਮ ਟਾਈਮ ਤੇ ਇਕੱਠੇ ਦੋਵੇਂ ਭਰਾ? ਕਿਆ ਬਾਤ ਹੈ, ਕਿਹੜਾ ਇਲਾਕਾ ਪੰਜਾਬ ਤੋਂ? ਜ਼ੀਰਾ ਜੀ। ਜ਼ੀਰਾ, ਹਾਂਜੀ ਠੀਕ ਹੈ ਜੀ, ਠੀਕ ਹੈ। ਚਲੋ ਐਨ ਬਾਰਡਰ ਦੇ ਕੋਲ ਜਾ ਜਾ ਜਮਾ ਕੋਲ ਆ, ਤੋ ਇੱਕ ਦੂਜਾ ਘਰ ਫੋਈ ਪਰ ਉਹ ਤਾਂ ਜਮਾ ਬਾਰਡਰ ਦੇ 11 ਕਿਲੋਮੀਟਰ ਤੇ ਹੀ ਆ, ਘਰ ਤੋਂ 11 ਕਿਲੋਮੀਟਰ ਹੀ ਆਪਣਾ ਬਾਰਡਰ। ਚਲੋ ਠੀਕ, ਆਸਾਨੀ ਵਾਲਾ, ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਧੰਨਵਾਦ ਜੀ। ਸੋ ਮੈਂ ਇਧਰਲੇ ਪਾਸੇ ਦਿਖਾ ਦਿਆਂ ਕਿ ਕਤਾਰ ਜਿਹੜੀ ਹੈ ਲੰਬੀ ਲੱਗ ਚੁੱਕੀ ਹੈ, ਲੰਗਰ ਜਿਹੜਾ ਉਹਦੇ ਲਈ ਸਵੇਰ ਤੋਂ ਹੀ ਸੰਗਤ ਪਹੁੰਚ ਚੁੱਕੀ ਹੈ। ਭਾਜੀ ਕੀ ਹਾਲ ਨੇ? ਠੀਕ ਠਾਕ ਹੋ ਜੀ? ਹੋਰ ਸੁਣਾਓ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ ਮਿਹਰਬਾਨੀ। ਨਹੀਂ ਮਿਹਰਬਾਨੀ ਜੀ ਮਿਹਰਬਾਨੀ ਜੀ ਮਿਹਰਬਾਨੀ। ਇਹ ਤਾਂ ਪਿੰਨੀਆਂ ਵੀ ਆ ਵਿੱਚ? ਹਾਂਜੀ। ਅੱਛਾ, ਪਿੰਨੀਆਂ ਲੀਡਰ ਬੰਦੇ ਨੇ ਇਲੈਕਸ਼ਨ ਕਵਰ ਕਰਦੇ ਮਿਹਰਬਾਨੀ। ਹੋਰ ਜੀ, ਮੈਂ ਨੀ, ਤੁਸੀਂ ਚਾਹ ਵੀ ਲੈ ਆਓ, ਫਿਰ ਇਕੱਠੇ ਬਹਿ ਜਾਂਦੇ ਆ। ਅੱਛਾ, ਡਿਊਟੀ ਉਹਨਾਂ ਚਾਹ ਦੀ ਡਿਊਟੀ ਉਹਨਾਂ ਦੀ ਆ? ਨਹੀਂ ਕੋਈ ਗੱਲ ਨੀ, ਠੀਕ ਹੈ ਜੀ, ਸ਼ੁਕਰੀਆ ਜੀ, ਸ਼ੁਕਰੀਆ ਮਿਹਰਬਾਨੀ ਜੀ। ਨਹੀਂ ਥੈਂਕ ਯੂ, ਨਹੀਂ ਬਹੁਤ ਚੰਗਾ ਕੀਤਾ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ। ਸੋ ਇਧਰਲੇ ਪਾਸੇ ਕਤਾਰ ਜਿਹੜੀ ਹੈ ਉਹ ਲੱਗੀ ਹੋਈ ਹੈ, ਸੰਗਤ ਦਾ ਜਿਹੜਾ ਰੁਝਾਨ ਕਾਫੀ ਹੈ। ਭਾਜੀ ਕੀ ਹਾਲ ਚਾਲ ਨੇ? ਠੀਕ ਠਾਕ ਹੋ? ਵੈਲਕਮ ਤੁਹਾਡਾ ਜੀ। ਮਿਹਰਬਾਨੀ, ਲੋਕਲ ਹੀ ਹੋ? ਨਹੀਂ, ਮੈਲਬਨ ਤੋਂ ਆਏ ਜੀ। ਕੱਲ ਆਏ ਕਿ ਅੱਜ ਆਏ? ਕੱਲ ਆਏ ਸੀ ਜੀ। ਠੀਕ, ਕਿੰਨੇ ਘੰਟੇ ਦੀ ਡਰਾਈਵ ਆ? 10 ਘੰਟੇ ਲੱਗ ਗਏ ਜੀ। 10 ਘੰਟੇ ਲੱਗੇ, ਕੱਲੇ ਆਏ ਮਿੱਤਰਾਂ ਨਾਲ ਕਿ ਪਰਿਵਾਰ ਨਾਲ? ਬੱਚੇ ਨਾਲ ਆਏ ਖੇਡਣ ਵਾਸਤੇ, ਤੇ ਅਸੀਂ ਜਿਵੇਂ। ਠੀਕ ਹੈ ਜੀ, ਭਾਜੀ ਕੀ ਹਾਲ? ਸਾਰੇ ਬੱਚਿਆਂ ਨੇ ਕੀ ਖੇਡਣਾ?
ਸੌਕਰ ਦੇ ਜੀ ਸੌਕਰ ਸੌਕਰ ਖੇਡਦੇ ਮੈਚ ਲੱਗ ਹਟਿਆ ਮੈਚ ਇੱਕ ਲੱਗ ਹਟਿਆ ਜੀ ਦੂਜਾ ਕਦੋਂ ਆ ਦੂਜਾ 2:15 ਵਜੇ ਤੇ ਫੇਰ 5:15 ਵਜੇ ਅੱਛਾ ਇੱਕ ਲੱਗ ਹਟਿਆ ਇੱਕ 2:15 ਮੈਚ ਜਿੰਨੇ ਵਜੇ ਕਹਿੰਦੇ ਉਨੇ ਵਜੇ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ ਉਨੇ ਵਜੇ ਪੂਰਾ ਹਾਂਜੀ ਹਾਂਜੀ ਲਓ ਜੀ ਪੰਜਾਬ ਵਾਲਿਓ ਅਸੀਂ ਤੁਹਾਨੂੰ ਪੂਰਾ ਡਿਸਪਲਿਨ ਅਸੀਂ ਕਬੱਡੀ ਦਾ ਪਤਾ ਨਹੀਂ ਜੀ ਆ ਲਓ ਜੀ ਇਹ ਤਾਂ ਅਮਾ ਹੀ ਹੁੰਦਾ ਕਿ ਕਹਿੰਦੇ ਫੁੱਟਬਾਲ ਦਾ ਪੂਰਾ ਡਿਸਪਲਿਨ ਕਬੱਡੀ ਦਾ ਕੋਈ ਪਤਾ ਨਹੀਂ ਠੀਕ ਹੈ ਜੀ ਹੌਲੀ ਹੌਲੀ ਸ਼ਾਇਦ ਉਧਰਲੇ ਪਾਸੇ ਵੀ ਮਹਾਰਾਜ ਉਹਨਾਂ ਨੂੰ ਸਮਤ ਬਖਸ਼ੇ ਕਬੱਡੀ ਵਾਲਿਆਂ ਨੂੰ ਵੀ ਠੀਕ ਹੈ ਜੀ ਹੋਰ ਭਾਜੀ ਠੀਕ ਠਾਕ ਹੋ ਜੀ ਚਲੋ ਮਿਹਰਬਾਨੀ ਜੀ ਮਿਹਰਬਾਨੀ ਸੋ ਇਧਰਲੇ ਪਾਸੇ ਸਾਰੇ ਪ੍ਰਬੰਧ ਨੇ ਕਿ ਬੈਠ ਕੇ ਚਾਹ ਜਿਹੜੀ ਉਹ ਪੀ ਸਕਦੇ ਆ ਤੇ ਇਧਰਲੇ ਪਾਸੇ ਫਰੂਟ ਆ ਜੀ ਆਹ ਤੁਸੀਂ ਦੇਖ ਲਓ ਭਰ ਕੇ ਪੂਰੇ ਦਾ ਪੂਰਾ ਡਰਮ ਇੱਥੇ ਰੱਖ ਦਿੱਤਾ ਉਹਨਾਂ ਨੇ ਕਹਿੰਦੇ ਕਿ ਇਹ ਕੀ ਹੁੰਦਾ ਜੀ ਗੱਬੂ ਕੁਛ ਨਾਸ਼ਪਾਤੀਆਂ ਠੀਕ ਹੈ ਜੀ ਇਹ ਜਿਹੜਾ ਮਰਜ਼ੀ ਲੈ ਸਕਦਾ ਹਾਂਜੀ ਭਾਜੀ ਕੋਈ ਵੀ ਲੰਗਰ ਜਾਣੀ ਇੱਥੇ ਲੰਗਰ ਖੁੱਲ੍ਹਾ ਹੀ ਆ ਕੰਮ ਖੁੱਲ੍ਹਾ ਹੀ ਆ ਕੰਮ ਜੀ ਜਿਹੜਾ ਆਵੇ ਲੈ ਕੇ ਜਾਵੇ ਸੇਵਾ ਹੀ ਆ ਵੀ ਸੇਵਾ ਹੀ ਆ ਹਾਂਜੀ ਨਹੀਂ ਠੀਕ ਹੈ ਤੁਸੀਂ ਲੋਕਲ ਹੋ ਨਹੀਂ ਭਾਜੀ ਮੈਂ ਮੈਲਬਨ ਤੋਂ ਆਇਆ ਮੈਲਬਨ ਤੋਂ ਕਿੱਦਣ ਆਏ ਸੀ ਅਸੀਂ ਰਾਤੀ ਆਏ ਰਾਤ ਆ ਗਏ ਹਾਂਜੀ ਠੀਕ ਹੈ ਜੀ ਹਾਂਜੀ ਚਲੋ ਬਹੁਤ ਮਿਹਰਬਾਨੀ ਤੇ ਇਧਰਲੇ ਪਾਸੇ ਵੀ ਆਪਾਂ ਥੋੜਾ ਜਿਹਾ ਦਿਖਾ ਦਿੰਦੇ ਆ ਕਿ ਬੈਠ ਕੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਕਿ ਛਕ ਸਕਦੇ ਨੇ ਸਾਰੇ ਤਾਂ ਖਿਡਾਰੀਆਂ ਦੀਆਂ ਟੀਮਾਂ ਵੀ ਆਪਣੇ ਮੈਚ ਖੇਡ ਕੇ ਇਧਰਲੇ ਪਾਸੇ ਆ ਜਾਂਦੀਆਂ ਤੇ ਜਿਹੜੇ ਪਰਿਵਾਰ ਨੇ ਉਹ ਵੀ ਆ ਜਾਂਦੇ ਸਤਿ ਸ਼੍ਰੀ ਅਕਾਲ ਜੀ ਉੱਥੇ ਖੇਡਦੇ ਹੋ ਹਾਂਜੀ ਠੀਕ ਹੈ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਦੀਪ ਕੌਰ ਆ ਤੇ ਮੈਂ ਧੰਨਵਾਦ ਕਰਦੀ ਹਾਂ ਜਿਹੜੇ ਵੀ ਇੱਥੇ ਸਿੱਖ ਗੇਮਾਂ ਵੇਖਣ ਆਏ ਨੇ ਕੀ ਬਾਤ ਹੈ ਇਧਰ ਆ ਮੈਂ ਪੁੱਤ ਇੱਥੇ ਬੈਠ ਕੇ ਤੇਰੇ ਨਾਲ ਗੱਲਾਂ ਕਰਦਾ ਇੱਥੇ ਆ ਮੇਰਾ ਬਹਿ ਜਾ ਮੇਰਾ ਅੱਛਾ ਕਿਹੜੀ ਕਲਾਸ ਪੜ੍ਹਦੇ ਹੋ ਮੈਂ 5ਵੀਂ ਚ ਕਿੱਥੇ ਪੜ੍ਹਦੇ ਹੋ ਕਿਹੜਾ ਸ਼ਹਿਰ ਆ ਤੁਹਾਡਾ ਐਡੀਲੇਡ ਐਡੀਲੇਡ ਆ ਲਓ ਜੀ ਐਡੀਲੇਡ ਤੋਂ ਜਾਨੀ ਇਹਨਾਂ ਦੇ ਪ੍ਰਬੰਧ ਨੇ ਐਡੀਲੇਡ ਵਾਲਿਆਂ ਦੇ ਮੇਜ਼ਬਾਨ ਹੋਸਟ ਏ ਨੇ ਤੇ ਸਾਰਿਆਂ ਦਾ ਸਵਾਗਤ ਕਰ ਦਿੱਤਾ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਕਹਿ ਦੋ ਕੱਲ ਨੂੰ ਆ ਜਾਣ ਜਿਹੜੇ ਅੱਜ ਨਹੀਂ ਆਏ ਕੱਲ ਨੂੰ ਆ ਜਾਓ 3 ਦਿਨ ਤਾਂ ਹੀ ਰੱਖਿਆ ਹੈ ਵੀ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਲਈ ਆ ਉਹ ਕੀ ਬਾਤ ਆ ਅੱਛਾ ਮੇਰੇ ਪੁੱਤ ਦੇ ਡੈਡੀ ਦਾ ਕੀ ਨਾਮ ਆ ਹਰਪ੍ਰੀਤ ਸਿੰਘ ਮਾਨ ਮੰਮੀ ਦਾ ਕੀ ਨਾਮ ਆ ਕੁਲਵਿੰਦਰ ਕੌਰ ਮਾਨ ਠੀਕ ਆ ਅੱਜ ਮੇਰੇ ਪੁੱਤ ਦੀਆਂ ਗੁੱਤਾਂ ਕਿਹਨੇ ਕੀਤੀਆਂ ਮੰਮਾ ਜੀ ਨੇ ਕੀਤੀਆਂ ਠੀਕ ਆ ਜੀ ਤੇ ਕੀ ਖਾ ਕੇ ਆਇਆ ਮੇਰਾ ਪੁੱਤ ਸਵੇਰੇ ਮੈਂ ਸਵੇਰੇ ਦੁੱਧ ਪੀਤਾ ਤੇ ਹੁਣ ਸਟ੍ਰਾਬੇਰੀਆਂ ਖਾਧੀਆਂ ਠੀਕ ਆ ਜੀ ਪੰਜਾਬੀ ਕਿਹਨੇ ਸਿਖਾਈ ਇੰਨੀ ਸੋਹਣੀ ਮੰਮਾ ਜੀ ਨੇ ਪਾਪਾ ਜੀ ਨੇ ਨਹੀਂ ਸਿਖਾਈ ਆ ਅੱਛਾ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹੋਰ ਸੁਣਾਓ ਜੀ ਸਿਹਤਾਂ ਕਿਵੇਂ ਆ ਖਬਰਾਂ ਸੁਣੀਦੀਆਂ ਰੋਜ਼ ਠੀਕ ਆ ਜੀ ਮਿਹਰਬਾਨੀ ਜੀ ਤੇ ਸਿਹਤਾਂ ਵਧੀਆ ਆ ਠੀਕ ਆ ਜੀ ਚਾਹ ਪੀ ਲਈ ਠੀਕ ਹੈ ਜੀ ਅਰੇ ਠੀਕ ਹੈ ਜੀ ਮਿਹਰਬਾਨੀ ਜੀ ਹੋਰ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਮਿਹਰਬਾਨੀ ਜੀ ਤੇ ਪਕੌੜਾ ਖਾਧਾ ਕਿ ਬੇਸਣ ਖਾਧਾ ਬੇਸਣ ਵੀ ਖਾਧਾ ਪਕੌੜਾ ਬੇਸਣ ਵੀ ਖਾਧਾ ਪਕੌੜਾ ਵੀ ਖਾਧਾ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਤੇ ਕਿੰਨੀ ਉਮਰ ਦਾ ਜੀ ਬੱਚਾ ਦੋ ਸਾਲ ਇਹ ਫੜਨਾ ਨਹੀਂ ਇਹ ਬੜਾ ਔਖਾ ਭਰਾਵਾ ਮਾਈਕ ਹੈ ਬੱਚੇ ਦੀ ਨਾਨੀ ਸਪੈਸ਼ਲ ਇੰਡੀਆ ਤੋਂ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਮੋਹਾਲੀ ਤੁਸੀਂ ਦੇਖੋ ਆਪਣੇ ਉੱਥੇ ਬੀਬੀਆਂ ਨਹੀਂ ਹੁੰਦੀਆਂ ਤਾਂ ਨਾ ਇਦਾਂ ਬੱਚੇ ਨਾ ਇੱਥੇ ਨਹੀਂ ਇੱਥੇ ਬਹੁਤ ਸੋਹਣਾ ਅੱਛਾ ਲੱਗਿਆ ਡਿਸਪਲਿਨ ਬਹੁਤ ਅੱਛਾ ਇਹ ਆਦਤ ਤਾਂ ਸਿੱਖ ਹੀ ਲੈਣੀ ਚਾਹੀਦੀ ਆ ਪੰਜਾਬ ਵਾਲੇ ਨਹੀਂ ਬਹੁਤ ਜ਼ਿਆਦਾ ਹੈ ਉਹ ਇੱਥੇ ਦਾ ਮਤਲਬ ਉਹ ਨਹੀਂ ਹੋ ਸਕਦਾ ਪੰਜਾਬ ਕਦੇ ਨਹੀਂ ਹੋ ਸਕਦਾ ਅਸਲੀ ਪੰਜਾਬ ਬਣ ਗਿਆ ਅਸਲੀ ਪੰਜਾਬ ਇੱਥੇ ਹੀ ਹੈ ਹਾਂਜੀ ਹਾਂਜੀ ਕਦੋਂ ਦੇ ਆਏ ਹੋ ਸਨ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਠੀਕ ਹੈ ਜੀ ਹੌਲੀ ਹੌਲੀ ਗਰਮੀ ਹੋ ਗਈ ਆ ਹਾਂਜੀ ਹਾਂਜੀ ਬਸ ਹਾਂਜੀ ਹਾਂਜੀ ਚਲੋ ਹਾਂਜੀ ਹਾਂਜੀ ਕੀ ਬਾਤ ਹੈ ਠੀਕ ਹੈ ਜੀ ਨਹੀਂ ਚਲੋ ਬਹੁਤ ਵਧੀਆ ਜੀ ਮਿਹਰਬਾਨੀ ਜੀ ਬਹੁਤ ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਰਹਿੰਦੇ ਹਾਂ ਸ਼ੁਕਰੀਆ ਬਹੁਤ ਵਧੀਆ ਤੁਹਾਡੇ ਫੈਨ ਹੈ ਨਹੀਂ ਮਿਹਰਬਾਨੀ ਹਾਂਜੀ ਓਕੇ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ 4-5 ਦਿਨ ਪਹਿਲਾਂ ਮੈਂ ਤੁਹਾਡੀ ਵੀਡੀਓ ਦੇਖ ਰਹੀ ਬਠਿੰਡੇ ਤੋਂ ਮੈਂ ਕਦੀ ਕੈਨੇਡਾ ਤੋਂ ਬਠਿੰਡੇ ਤੋਂ ਐਡਲੇਡ ਕਦੋਂ ਆ ਗਏ ਸੀ ਦੇਖੋ ਜੀ ਕੰਮ ਆ ਪੱਠੇ ਵੱਢਣ ਭੇਜ ਦਿੰਦੇ ਆ ਪ੍ਰੋਗਰਾਮ ਸੀਗਾ ਉਹਨਾਂ ਦਾ ਇੱਕ ਰਾਈਟਰ ਸੀਗਾ ਸਿੰਗਰ ਸੀਗਾ ਮਾਣੂਕੇ ਪਿੰਡ ਚ ਸੀ ਹਾਂ ਮਾਣੂਕੇ ਪਿੰਡ ਦੇ ਵਿੱਚ ਮੈਨੂੰ ਨੇ ਮੋਟੀ ਬਰਾੜ ਨੇ ਦੱਸਿਆ ਕਹਿੰਦਾ ਮਾਰ ਸਾਹਿਬ ਆ ਰਹੇ ਨੇ ਮੈਂ ਕਦੋਂ ਪਰਸੋਂ ਆਏ ਤੁਸੀਂ ਵੇਖ ਲੈਣਾ ਹਾਂਜੀ ਆਹੋ ਫਿਰ ਤੁਸੀਂ ਸਿੱਧੇ ਚਲੇ ਗਏ ਮੈਂ ਕਿਹਾ ਫਾਰਮ ਉਹਨਾਂ ਦੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਹੋਣਾ ਚਾਹੀਦਾ ਜੀ
ਹੁਣ ਅਸੀਂ ਬੱਚਿਆਂ ਨੂੰ ਦੀਦ ਕੌਰ ਜਿਵੇਂ ਤੁਸੀਂ ਸੁਣਿਆ ਹੀ ਆ ਤੇ ਮੈਂ ਦੀਦ ਕੌਰ ਦੀ ਮਦਰ ਆ ਤੇ ਜਿਵੇਂ ਦੀਦ ਕੌਰ ਹੁਣ ਕੱਲ ਨੂੰ ਪੰਜਾਬੀ ਮਾਂ ਬੋਲੀ ਤੇ ਇੱਕ ਕਵਿਤਾ ਵੀ ਬੋਲੂਗੀ ਤੇ ਦੀਦ ਨੂੰ ਜਿਵੇਂ ਤੁਸੀਂ ਦਸ ਗੁਰੂ ਸਾਹਿਬਾਨ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਪੰਜ ਤਖ਼ਤ ਜੋ ਆਪਣੇ ਜਿਹੜੇ ਸਿੱਖ ਜਰਨੈਲ ਹੋਏ ਆ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਪੜਦਾਦਾ ਕੁਛ ਵੀ ਪੁੱਛੋ ਦੀਦ ਕੌਰ ਨੂੰ ਬਾਜ਼ ਮਾਰੋ ਇੱਥੇ ਹੈਗੀ ਦੀਦ ਕੌਰ ਹੁਣ ਬਾਜ਼ ਮਾਰੋ ਫਿਰ ਉਹ ਤਾਂ ਇੱਧਰ ਉਹ ਤੇ ਕੱਲ ਨੂੰ ਕਵਿਤਾ ਪੜ੍ਹਨੀ ਆ ਅੱਛਾ ਠੀਕ ਹੈ ਜੀ ਮਾੜੀ ਜੀ ਸੁਣਾ ਦੋਗਾ ਅੱਜ ਜੀ ਠੀਕ ਹੈ ਹਾਂਜੀ ਪੰਜਾਬੀ ਮਾਂ ਬੋਲੀ ਗੁਰੂਆਂ ਪੀਰਾਂ ਫਕੀਰਾਂ ਦੀ ਇਹ ਧਰਤੀ ਮਿੱਠੀ ਬੋਲੀ ਏ ਪਾਵਨ ਪੰਜਾਬ ਦੀ ਹੈ ਵਗਰੇ ਨੇ ਰਾਵੀ ਬਿਆਸ ਜਿੱਥੇ ਬੋਲੀ ਸਤਲੁਜ ਤੇ ਜੇਲਮ ਚਨਾਬ ਦੀ ਹੈ ਬਹੁਤ ਅੱਛੇ ਮਹਿਕਾ ਵੰਡ ਰਹੀ ਆ ਸਾਰੇ ਸੰਸਾਰ ਅੰਦਰ ਮਹਿਕ ਇਸ ਵਿੱਚ ਫੁੱਲ ਗੁਲਾਬ ਦੀ ਹੈ ਗੁਰੂਆਂ ਭਗਤਾਂ ਦੀ ਬਾਣੀ ਨੂੰ ਕਰ ਕਠਿਆ ਪੰਚਮ ਪਿਤਾ ਕੀਤੀ ਨੂਰੋ ਨੂਰ ਬੋਲੀ ਬੁੱਲੇ ਸ਼ਾਹ ਵਾਰਸ ਹਾਸ਼ਮ ਵਰਗਿਆਂ ਨੇ ਕੀਤੀ ਜੱਗ ਦੇ ਵਿੱਚ ਮਸ਼ਹੂਰ ਬੋਲੀ ਕਰਦੇ ਰਹੇ ਜੇ ਸਤਕਾਰ ਇਸ ਦਾ ਨਾ ਏ ਮਰ ਸਕਣੀ ਤੇ ਨਾ ਏ ਮੁੱਕ ਸਕਣੀ ਰਚੀ ਮਿਚੀਏ ਖੂਨ ਵਿੱਚ ਸਾਡੇ ਮਾਂ ਦੇ ਦੁੱਧ ਚੋਂ ਮਿਲੀ ਏ ਮਾਂ ਬੋਲੀ ਗੁਰੂ ਸਾਹਿਬ ਵੀ ਬੋਲਦੇ ਰਹੇ ਇਸ ਨੂੰ ਸਭ ਤੋਂ ਉੱਚੀ ਤੇ ਸੁੱਚੀ ਤਾਂ ਬੋਲੀ ਜਿਹੜੀ ਸਦਾ ਹੀ ਸਾਨੂੰ ਹੈ ਸੁੱਖ ਦਿੰਦੀ ਕੁੜੀ ਠੰਡੀ ਤੇ ਸੰਘਣੀ ਛਾਂ ਬੋਲੀ ਕੀ ਬਾਤ ਹੈ ਬਹੁਤ ਅੱਛੇ ਬਹੁਤ ਅੱਛੇ ਬਾਕੀ ਤੇਰੀ ਕੱਲ ਸਟੇਜ ਦੇ ਉੱਤੇ ਸੁਣਾਂਗੇ ਤੇ ਪੁੱਤ ਤੇਰਾ ਬਰਥ ਇੱਥੇ ਦਾ ਕਿ ਪੰਜਾਬ ਦਾ ਪੰਜਾਬ ਦਾ ਪਰ ਬਹੁਤ ਛੋਟੀ ਉਮਰ ਵਿੱਚ ਇੱਥੇ ਆ ਗਈ ਸੀ ਉਹ ਤੇਰੀ ਕਿੰਨੀ ਛੋਟੀ ਸੀ ਜੀ 8 ਮਹੀਨਿਆਂ ਦੀ ਲਓ ਜੀ 8 ਮਹੀਨਿਆਂ ਦੀ ਇੱਥੇ ਆ ਗਈ ਸੀ ਇਹ ਭੈਣ ਜੀ ਇੰਨੀ ਚੰਗੀ ਪੰਜਾਬੀ ਕਿਦਾਂ ਬਸ ਕੋਸ਼ਿਸ਼ ਕਰੀਦੀ ਆ ਬਾਕੀ ਮਾਲਕ ਰੰਗ ਲਾਉਂਦਾ ਠੀਕ ਹੈ ਜੀ ਹਾਂਜੀ ਇਹ ਕਿਹਨੇ ਚੂਜ਼ ਕੀਤੀ ਸੀ ਕਿ ਇਹ ਕਵਿਤਾ ਚੇਤੇ ਕਰੇ ਮੈਂ ਤੁਸੀਂ ਚੋਣ ਕੀਤੀ ਸੀ ਕਿਉਂਕਿ ਮੈਨੂੰ ਹੈਗਾ ਹੈ ਕਿ ਅਸੀਂ ਬਚਾ ਸਕੀਏ ਜਿੰਨਾ ਕੁ ਕੋਸ਼ਿਸ਼ ਕਰ ਸਕੀਏ ਕਿ ਅਸੀਂ ਮਾਂ ਬੋਲੀ ਨੂੰ ਬਚਾ ਸਕੀਏ ਤੁਹਾਨੂੰ ਪਤਾ ਅਸੀਂ ਕਿੱਡੇ ਕਿੱਡੇ ਜਰਨੈਲ ਸਾਡੀਆਂ ਮਾਵਾਂ ਨੇ ਪੈਦਾ ਕੀਤੇ ਆ ਹਨਾ ਤੇ ਉਹਨਾਂ ਨੇ ਉਸ ਬੋਲੀ ਪਿੱਛੇ ਕਿੱਡੀਆਂ ਕਿੱਡੀਆਂ ਜੰਗਾਂ ਲੜੀਆਂ ਪਰ ਅੱਜ ਸਾਡਾ ਯੂਥ ਕਿੱਧਰ ਨੂੰ ਜਾ ਰਿਹਾ ਅੱਛਾ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਡਿਊਟੀ ਕੰਮ ਵੀ ਕਰਦੇ ਹੋ ਹਾਂਜੀ ਕਿੰਨੇ ਘੰਟੇ ਰੋਜ਼ ਮੈਂ 8 ਘੰਟੇ ਮੈਂ ਇਹ ਸਵਾਲ ਇਹਨਾਂ ਤੋਂ ਸਿਰਫ ਇਸ ਕਰਕੇ ਪੁੱਛਿਆ ਕਿ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਨਹੀਂ ਜੀ ਅਸੀਂ ਤਾਂ ਬਾਹਰ ਜਾ ਕੰਮ ਕਰਦੇ ਆ ਬੱਚਿਆਂ ਦੇ ਡੈਡੀ ਵੀ ਕੰਮ ਕਰਦੇ ਆ ਆਣ ਕੇ ਰਸੋਈ ਦਾ ਕੰਮ ਵੀ ਕਰਨਾ ਹੁੰਦਾ ਰੋਟੀ ਪਕਾਉਣੀ ਪੈਂਦੀ ਕਦੇ ਕਦੇ ਬਿਲਕੁਲ ਜੀ ਰੋਟੀ ਰੋਜ਼ ਬਣਾਉਣੀ ਪੈਂਦੀ ਰੋਟੀ ਬਗੈਰ ਤਾਂ ਸਰਦਾ ਹੀ ਨਹੀਂ ਯਾਨੀ ਫੇਰ ਵੀ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਆਪਣੇ ਵਿਰਸੇ ਦੇ ਨਾਲ ਜੋੜਿਆ ਜਾ ਸਕਦਾ ਇਦਾਂ ਦੀਆਂ ਕਵਿਤਾਵਾਂ ਜਿਹੜੀਆਂ ਨੇ ਉਹ ਕੰਠ ਕਰਾਈਆਂ ਜਾ ਸਕਦੀਆਂ ਅਸੀਂ ਵੈਸੇ ਯਾਦ ਸ਼ਬਦ ਵਰਤਣ ਲੱਗ ਪਏ ਹਾਂ ਬੱਚੀ ਨੇ ਕੰਠ ਕੀਤੀ ਹੋਈ ਹੈ ਉਹ ਕਵਿਤਾ ਤੇ ਪੁੱਤ ਤੂੰ ਬਹੁਤ ਸੋਹਣਾ ਬੋਲਦੀ ਹੈ ਬਹੁਤ ਵਧੀਆ ਤੇਰੀ ਮੈਮਰੀ ਹੈ ਬਹੁਤ ਵਧੀਆ ਤੇਰਾ ਉਚਾਰਨ ਹੈ ਬਹੁਤ ਵਧੀਆ ਤੇਰੀ ਭਾਸ਼ਾ ਦੇ ਉੱਤੇ ਪਕੜ ਹੈ ਤੇ ਬਸ ਮੰਮੀ ਦੀ ਗੱਲ ਮੰਨੀ ਜਾਈ ਨਾਨੀ ਦੀ ਵੀ ਮੰਨਣੀ ਹੈ ਇਹਨਾਂ ਨੇ ਵੀ ਸਿਖਾਈ ਹੈ ਬਹੁਤ ਕੀ ਬਾਤ ਹੈ ਜੀ ਨਾਨੀ ਦੀ ਗੱਲ ਵੀ ਮੰਨਣੀ ਹੈ ਠੀਕ ਹੈ ਨਾਨੀ ਦਾ ਨਾਮ ਕੀ ਆ ਅਮਰਜੀਤ ਹਾਂ ਅਮਰਜੀਤ ਕੌਰ ਅਮਰਜੀਤ ਕੌਰ ਠੀਕ ਹੈ ਜੀ ਉਹ ਤੇ ਤੁਹਾਡਾ ਕੀ ਨਾਮ ਆ ਗੁਰ ਉੱਚੀ ਬੋਲਣਾ ਗੁਰ ਸਿੰਘ ਮਾਨ ਉਹ ਤੇਰੀ ਇਧਰ ਪਾਸੇ ਦੌੜ ਲਾ ਕੇ ਆਇਆ ਇਧਰ ਨੂੰ ਮੂੰਹ ਕਰੋ ਦੌੜ ਲਾਉਣੀ ਆ ਕਿੰਨੇ ਨੰਬਰ ਆ ਤੇਰਾ ਯਾਰ ਮੈਨੂੰ ਦੇਖ ਲੈਣ ਦੇ ਇੱਕ ਮਿੰਟ 522 522 ਪੰਜ ਬੋਲੋ ਮਗਰ ਮੇਰੇ ਪੰਜ ਪੰਜ ਸੌ ਸੌ ਬਾਈ ਆਸਟ੍ਰੇਲੀਆ ਦਾ ਜੰਮਿਆ ਬੜਿਆ ਤੇ ਵੱਡਾ ਹੋਇਆ ਤੇ ਇੱਕ ਦੋ ਤਿੰਨ ਦੀਆਂ ਤੇ ਇਹਨੇ ਚੀਕਾਂ ਕਢਾਤੀਆਂ ਇੱਕ ਵਾਰੀ ਫੇਰ ਸੁਣਾ ਇੱਕ ਦੋ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ
ਉਹ ਬੱਲੇ ਕਿਆ ਬਾਤ ਹੈ ਜੀ, ਏਦਾਂ ਚਾਹੀਦਾ ਜੀ ਕੰਮ। ਕਈ ਵਾਰੀ ਤਾਂ ਪੰਜਾਬ ਦੇ ਵਿੱਚ ਬੈਠਿਆਂ ਨੂੰ ਹੁਣ ਇੱਕ ਦੋ ਨਹੀਂ ਆਉਂਦਾ, ਇੱਕ ਦੋ ਤੀਨ ਹੀ ਆਉਂਦਾ ਉੱਥੇ ਵੀ, ਹਿੰਦੀ ਬੋਲਦੇ ਆ ਜ਼ਿਆਦਾ। ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜਿੰਨਾ ਕੁ ਸਾਂਭ ਸਕੀਏ ਆਪਣੀ ਮਾਂ ਬੋਲੀ ਨੂੰ ਸਾਂਭਣਾ ਚਾਹੀਦਾ। ਸਾਨੂੰ ਉਹ ਮਾਂ ਦੇ ਦੁੱਧ ਚੋਂ ਮਿਲੀ ਆ, ਮਾਂ ਦੇ ਨਿੱਘ ਚੋਂ ਮਿਲੀ ਆ, ਤੇ ਸਾਡੀ ਹਵਾ ਚ ਵੀ ਆ। ਦੇਖੋ ਕਿੱਡੇ ਕਿੱਡੇ ਜਰਨੈਲ ਹੋਏ ਆ, ਹਰੀ ਸਿੰਘ ਨਲਵਾ ਹੋ ਗਿਆ, ਜਾਂ ਮਤਲਬ ਮਹਾਰਾਜਾ ਰਣਜੀਤ ਸਿੰਘ ਹੋ ਗਏ, ਕਿੰਨੇ ਹੋਏ ਸੀ, ਕਿੰਨੇ ਸੂਰਮੇ ਹੋਏ ਆ। ਪਰ ਸਾਨੂੰ ਨਹੀਂ ਲੱਗਦਾ ਕਿ ਅੱਜ ਕਿਸੇ ਨੂੰ ਯਾਦ ਆ। ਨਾ 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 ਨਾ। ਤੇ ਇੱਕ ਮੈਂ ਇਹੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੀ ਹਾਂ ਕਿ ਪਲੀਜ਼ ਪੁਰਾਣੀਆਂ ਵਿਰਾਸਤਾਂ ਨੂੰ ਸੰਭਾਲੋ, ਉਹਨਾਂ ਦੇ ਉੱਤੇ ਪੱਥਰ ਲਾ ਕੇ, ਮਾਰਬਲ ਲਾ ਕੇ ਉਹਨਾਂ ਨੂੰ ਸਵਾਰੋ ਨਾ, ਉਹਨਾਂ ਨੂੰ ਓਦਾਂ ਹੀ ਮੇਨਟੇਨ ਕਰਕੇ ਰੱਖੋ ਜਦੋਂ ਅਸੀਂ ਆਪਦੇ ਬੱਚਿਆਂ ਨੂੰ ਲੈ ਕੇ ਜਾਈਏ ਤੇ ਅਸੀਂ ਦਿਖਾ ਸਕੀਏ ਵੀ ਸਾਡੇ ਪੁਰਖੇ ਕਿੱਡੇ ਬਲਵਾਨ ਤੇ ਕੀ ਕੀਤਾ ਉਹਨਾਂ ਨੇ। ਬਹੁਤ ਸ਼ੁਕਰੀਆ ਜੀ ਭੈਣ ਜੀ, ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰੀਕੇ ਜਿਹੜਾ ਉਹ ਸੁਨੇਹਾ ਲਗਾਤਾਰ ਦਿੰਦੇ ਰਹੋ ਜੀ, ਮਿਹਰਬਾਨੀ। ਭਾਜੀ ਕੀ ਹਾਲ ਨੇ? ਵਧੀਆ ਭਾਈ ਜੀ, ਤੁਸੀਂ ਸੁਣਾਓ? ਭੈਣ ਚੜ੍ਹਦੀ ਅੱਜ ਪਹਿਲੀ ਵਾਰੀ ਦਰਸ਼ਨ ਹੋ ਰਿਹਾ ਜੀ, ਟੀਵੀ ਤੇ ਤਾਂ ਬਹੁਤ ਹੋ ਰਹੀ ਸੀ। ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ। ਕਿੱਥੇ ਰਹਿੰਦੇ ਹੋ ਤੁਸੀਂ? ਅਸੀਂ ਐਡਲੀਡ ਚ ਜੀ, ਆਪਣਾ ਇੱਥੇ ਇੱਕ ਇੰਡੀਅਨ ਗ੍ਰੋਸਰੀ ਸਟੋਰ ਹੈ ਜੀ। ਠੀਕ ਹੈ ਜੀ, ਇੱਥੇ ਸੇਵਾ ਤੁਸੀਂ ਬਖਸ਼ ਰੱਖੀ ਹੈ ਜੀ। ਨਹੀਂ ਬਿਲਕੁਲ, ਸੇਵਾ ਕਰਦੇ ਪਏ ਹਾਂ ਜੀ, ਤੁਹਾਡਾ ਵੱਡਾ। ਹਾਂਜੀ, ਬਸ ਜੀ, ਮੇਨ ਸਪਾਂਸਰ ਵੀ ਆਪਣੇ ਇਥੋਂ ਦੇ। ਕੀ ਬਾਤ ਹੈ! ਏਕਮ ਗ੍ਰੋਸਰੀ। ਹਾਂਜੀ, ਇਹਨਾਂ ਖੇਡਾਂ ਦੇ ਏਕਮ ਗ੍ਰੋਸਰੀ ਸਟੋਰ ਹੈ ਇਹਨਾਂ ਦਾ ਆਪਣਾ, ਤੇ ਬਹੁਤ ਹੈਲਪ ਕਰਦੇ ਆ ਜਿੱਥੇ ਵੀ ਲੋੜ ਹੁੰਦੀ ਹੈ, ਜਦੋਂ ਵੀ ਹੁੰਦੀ ਹੈ, ਜਿੰਨੀ ਵੀ ਜ਼ਰੂਰਤ ਆ, ਵੱਧ ਚੜ ਕੇ ਇਹ ਆਪਦੀ। ਅੱਛਾ, ਇਹ ਕਮਾਲਿਓ, ਮੈਨੂੰ ਇੱਕ ਚੀਜ਼ ਦੱਸਿਓ ਕਿ ਸਟੋਰ ਕਦੋਂ ਸ਼ੁਰੂ ਕੀਤਾ ਸੀ? ਭਾਈ 8-9 ਸਾਲ ਹੋ ਗਏ ਹੁਣ। ਠੀਕ ਹੈ ਜੀ, ਤੇ ਬਸ ਉਦੋਂ ਤੇ ਜੁੜੇ ਹੋਏ ਆ। ਪਹਿਲੀਆਂ ਸਿੱਖ ਖੇਡਾਂ ਚ ਵੀ ਅਸੀਂ ਇੱਥੇ ਸੀਗੇ, 2017 ਵਾਲੀਆਂ ਚ ਵੀ ਅਸੀਂ ਇੱਥੇ ਲੰਗਰ ਦਾ ਇਸ ਵਾਰੀ ਵੀ ਸੇਵਾ ਨਿਭਾ ਰਹੇ ਹਾਂ। ਪਿਛਲੀ ਵਾਰੀ ਵੀ ਲੰਗਰ ਦੀ ਤੇ ਪਲੱਸ ਗੰਨੇ ਦਾ ਆਪਣਾ ਜੂਸ ਆ, ਗੰਨੇ ਦਾ ਜੂਸ ਇੰਨਾ ਜਲਦੀ ਮਿਲਦਾ ਨਹੀਂ, ਤੇ ਅਸੀਂ ਸਪੈਸ਼ਲ ਕੇਨਸ ਤੋਂ ਗੰਨੇ ਮੰਗਵਾਏ ਆ। ਕੇਨਸ ਤੋਂ? ਹਾਂਜੀ ਹਾਂਜੀ। ਕੀ ਬਾਤ ਹੈ ਜੀ! ਤੇ ਐਤਕੀ ਵੀ ਲੱਗਿਆ ਲੰਗਰ? ਬਸ ਉਧਰ ਆਪਣਾ ਸਟਾਲ ਆ। ਹਾਂਜੀ, ਸ਼ੁਰੂ ਕਰ। ਅੱਛਾ, ਮੈਨੂੰ ਇੱਕ ਚੀਜ਼ ਹੋਰ ਦੱਸਿਓ ਕਿ ਜਦੋਂ ਸਟੋਰ ਹੁੰਦਾ, ਕੰਮ ਕਾਰ ਜਿਵੇਂ ਬਹੁਤ ਹੁੰਦੇ ਆ, ਡਾਲਰ ਗੱਲੇ 'ਚ ਡਿੱਗਦੇ ਹੁੰਦੇ ਆ, ਕਿੱਦਾਂ ਇੰਨੀ ਤਾਕਤ, ਹੌਸਲਾ ਕਿੱਦਾਂ ਆਉਂਦਾ ਕਿ ਭਾਈ ਵੱਧ ਤੋਂ ਵੱਧ ਡਾਲਰਾਂ ਦਾ ਯੋਗਦਾਨ ਦੇ ਕੇ ਇੱਥੇ ਲੰਗਰ ਪ੍ਰਸ਼ਾਦੇ ਦਾ ਲੰਗਰ ਲਾਈਏ? ਭਾਈ, ਅਸੀਂ ਟ੍ਰੇਡਿੰਗ 'ਚ ਆ, ਇੱਥੇ ਬਾਬੇ ਨਾਨਕ ਦੇ ਲੰਗਰ 'ਚ ਅਸੀਂ ਪਾਵਾਂਗੇ 10 ਗੁਣੇ ਆਉਂਦੇ ਸਾਨੂੰ। ਕੀ ਬਾਤ ਹੈ! ਔਰ ਸ਼ੁਰੂ ਤੋਂ ਇਦਾਂ ਹੀ ਆ। ਠੀਕ ਹੈ ਜੀ। ਹਾਂਜੀ, ਸਾਰੇ ਪਰਿਵਾਰ ਦੀ ਸਹਿਮਤੀ ਹੁੰਦੀ ਆ ਕਿ ਯੋਗਦਾਨ ਦੇਣਾ? ਭਾਈ, ਉਹ ਤਾਂ ਮੈਨੂੰ ਕਹਿੰਦੇ ਤੁਸੀਂ ਘੱਟ ਪਾਉਂਦੇ ਹੋ, ਪਰਿਵਾਰ ਪਹਿਲਾਂ ਅੱਗੇ। ਪੰਜਾਬ ਤੋਂ ਕਿੱਥੋਂ ਜੀ? ਆਪਣਾ ਭਾਜੀ ਫਰੀਦਕੋਟ, ਕੋਟਕਪੁਰਾ, ਬਰਗਾੜੀ, ਤੁਸੀਂ ਸੁਣਿਆ? ਹਾਂਜੀ, ਬਾਜਾ ਖੰਡਾ ਵੀ ਨਾਲ ਸੁਣਿਆ ਹਰਜੀਤ, ਉਹਦੇ ਨਾਲ ਪਿੰਡ ਆ ਵਾਂਦਰ, ਵਾਂਦਰ ਡੋਡਾ। ਵਾਵੇ ਵਾਲਾ? ਹਾਂਜੀ, ਵਾਵੇ ਵਾਲਾ, ਵਾਵੇ ਵਾਲਾ। ਠੀਕ ਹੈ ਜੀ। ਲਓ ਜੀ, ਵਾਂਦਰ ਪਿੰਡ ਤੋਂ ਨੇ ਭਾਜੀ ਹੋਣੀ, ਤੇ ਇੱਥੇ ਏਕਮ ਗ੍ਰੋਸਰੀ ਸਟੋਰ ਹੈ, ਅਸੀਂ ਕਿਸ ਦਿਨ ਉੱਥੇ ਵੀ ਚੱਕਰ ਮਾਰਾਂਗੇ ਜੀ। ਖੇਡਾਂ ਵੋਕ ਲੈਣ? ਬਿਲਕੁਲ ਜੀ, ਬਿਲਕੁਲ, ਵੈਲਕਮ ਜੀ, ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੇ ਤੁਸੀਂ ਯੋਗਦਾਨ ਦਿੰਦੇ ਰਹੋ। ਠੀਕ ਹੈ ਜੀ। ਹਰਜੀਤ ਭਾਜੀ, ਮੈਨੂੰ ਦੱਸਿਓ ਕਿ ਭਾਜੀ ਹੋਣਾ ਨੇ ਦੱਸਿਆ ਕਿ ਗ੍ਰੋਸਰੀ ਸਟੋਰ ਚੰਗਾ ਕਾਰੋਬਾਰ ਇਹਨਾਂ ਦਾ? ਬਹੁਤ ਵਧੀਆ ਭਾਜੀ, ਇਹਨਾਂ ਦਾ ਬਹੁਤ ਸੋਹਣਾ ਗ੍ਰੋਸਰੀ ਸਟੋਰ ਆ, ਬਹੁਤ ਵਧੀਆ ਕੰਮ ਚੱਲਦਾ, ਪੁਰਾਣੇ ਇਹ ਇੱਥੇ, ਕਾਫੀ ਪੁਰਾਣੇ ਆ ਇਹਨਾਂ ਦੇ ਗ੍ਰੋਸਰੀ ਸਟੋਰ ਤੋਂ ਲਾ ਲਓ ਵੀ ਤੁਸੀਂ, ਕਈਆਂ ਤੋਂ ਲੈ ਕੇ ਮੰਜੇ, ਕਈਆਂ ਸਾਰਾ ਜੋ ਕੁਛ ਹੁਣ ਇੰਡੀਆ ਵਾਲਾ ਸੀਗਾ, ਪਹਿਲਾਂ ਚੀਜ਼ਾਂ ਇੱਥੇ ਨਹੀਂ ਮਿਲਦੀਆਂ ਸੀਗੀਆਂ, ਉਹ ਸਾਰਾ ਕੁਛ ਇਹਨਾਂ ਕੋਲੇ ਹੈਗਾ ਹੁਣ ਭਾਜੀ, ਇਹਨਾਂ ਕੋਲੇ ਹੈਗਾ ਭਾਜੀ। ਠੀਕ ਹੈ ਜੀ, ਜੋ ਕੁਛ ਵੀ ਲੈਣਾ ਇਹਨਾਂ ਤੋਂ ਆਪਾਂ ਲੈ ਸਕਦੇ ਹਾਂ, ਏਕਮ ਮੇਨ ਇਹੀ ਹੈ, ਇਹਨਾਂ ਦਾ ਹੀ ਆਉਣ ਸਾਡੇ, ਇਹੀ ਹੈ ਭਾਜੀ। ਠੀਕ ਹੈ ਜੀ, ਸੋ ਇਧਰਲੇ ਪਾਸੇ ਅਸੀਂ ਦਿਖਾ ਦਿੰਦੇ ਹਾਂ ਕਿ ਪਲੀਜ਼ ਹਰਜੀਤ ਭਾਜੀ, ਤੁਸੀਂ ਫੋਟੋ ਖਿੱਚ ਦਿਓ ਜੀ। ਹਾਂ ਠੀਕ ਹੈ ਜੀ, ਆਓ ਭੈਣ ਜੀ, ਸ਼ੁਕਰੀਆ ਜੀ। ਬਿਲਕੁਲ ਜੀ, ਨਹੀਂ ਜੀ, ਏਦਾਂ ਹੀ ਆ ਜੀ, ਏਦਾਂ ਹੀ ਆ, ਪੂਰੀਆਂ ਰੌਣਕਾਂ ਲੱਗੀਆਂ ਜੀ, ਏਦਾਂ ਹੀ ਚਾਹੀਦੀਆਂ ਜੀ। ਹੋਰ ਸਿਹਤਾਂ ਠੀਕ ਆ ਜੀ? ਬਿਲਕੁਲ ਠੀਕ ਆ। ਚਲੋ, ਬਹੁਤ ਵਧੀਆ ਜੀ, ਰੌਣਕਾਂ ਲੱਗੀਆਂ, ਮਿਹਰਬਾਨੀ, ਮਿਹਰਬਾਨੀ ਜੀ, ਥੈਂਕ ਯੂ ਜੀ।
ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਨਹੀਂ ਚਲੋ ਵਧੀਆ ਜੀ, ਵੱਖਰੇ ਵੱਖਰੇ ਸ਼ਹਿਰਾਂ ਦੀ ਮੁਲਾਕਾਤਾਂ ਹੁੰਦੀਆਂ, ਰਾਤੀ ਵੀ ਗੱਲਾਂ ਸੁਣਦੇ ਆ, ਤੁਹਾਨੂੰ ਬੜੀਆਂ ਸੋਹਣੀਆਂ ਲੱਗਦੀਆਂ। ਨਹੀਂ ਮਿਹਰਬਾਨੀ ਜੀ, ਮਿਹਰਬਾਨੀ। ਹੋਰ ਪਰਿਵਾਰ ਠੀਕ ਆ ਸਾਰਾ? ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ। ਨਹੀਂ ਜੀ, ਤੁਹਾਡਾ ਸ਼ਹਿਰ ਸੋਹਣਾ ਆ ਜੀ, ਬਹੁਤ ਸੋਹਣਾ ਆ। ਹਾਂਜੀ ਠੀਕ ਆ ਜੀ, ਚਲੋ ਠੀਕ ਆ ਜੀ। ਕੀ ਹਾਲ ਨੇ ਜੀ, ਠੀਕ ਹੋ? ਠੀਕ ਹੈ ਜੀ, ਪੰਜਾਬੀ ਵੀ ਸਿੱਖਦੇ ਹੈਗੇ ਆ। ਪੰਜਾਬੀ ਵੀ ਸਿੱਖਦੇ ਆ? ਹਾਂਜੀ, ਕਿਉਂਕਿ ਦੇ ਉਹਦੇ ਨਾਲ ਜੁੜਦੇ ਰਹਿੰਦੇ ਹੈਗੇ ਆ ਪੰਜਾਬੀ। ਸ਼ਹਿਰ ਤੁਹਾਡਾ? ਨਹੀਂ ਜੀ, ਅਸੀਂ ਸਿਡਨੀ ਤੋਂ, ਸਿਡਨੀ 6। ਸਿਡਨੀ 6, ਠੀਕ ਹੈ ਜੀ, ਮੈਂ ਉੱਪਰ ਦੇਖਿਆ ਨਹੀਂ। ਬੱਚੇ ਖੇਡਦੇ ਵੀ ਆ? ਆ ਰਹੇ ਜੀ। ਇਧਰ ਆਓ ਜੀ, ਕੀ ਖੇਡਦੇ ਹੋ ਪੁੱਤ? ਸੌਕਰ। ਮੈਚ ਹੋ ਗਿਆ ਇੱਕ? ਹਾਂ। ਇਧਰ ਆਓ ਜੀ, ਮੈਚ ਹੋ ਗਿਆ, ਖੇਡ ਲਿਆ? ਨਹੀਂ ਅਜੇ ਹੋਣਾ ਆ। ਹਾਂ, ਕਿੰਨੇ ਵਜੇ ਆ ਮੈਚ, ਟਾਈਮ ਕੀ ਆ ਮੈਚ ਦਾ? 1:00। 1 ਵਜੇ? ਠੀਕ ਹੈ ਜੀ, ਇਧਰ ਅਸੀਂ ਗਰਾਊਂਡ 'ਚ ਆਵਾਂਗੇ, ਤੁਹਾਡੀ ਖੇਡ ਦੇਖਣਾ, ਵਧੀਆ ਖੇਡਣਾ। ਹੁਣ ਜੀ ਅਸੀਂ ਸਪੋਰਟ ਕਰਨ ਜਾ ਰਹੇ ਹੈਗੇ ਆ, ਇਹਨਾਂ ਦੇ ਡੈਡੀ ਨੂੰ, ਉਹ ਵੀ ਖੇਡ ਰਹੇ ਆ। ਉਹ ਵੀ ਖੇਡ? ਹਾਂ ਜੀ, ਇੱਥੇ ਸਾਰੇ ਖੇਡਦੇ ਆ। ਲਓ ਵੀ ਇੱਥੇ ਪਾਪਾ ਵੀ ਖੇਡਦਾ ਹੁੰਦਾ ਪੰਜਾਬ ਦੇ ਵਿੱਚ, ਆਪਾਂ ਪਾਪਾ ਖੇਡਣਾ ਸ਼ਰਾਤ ਆਇਆ ਹੁਣ। ਅੱਛਾ, ਤੇ ਤੁਹਾਡੀ ਡਿਊਟੀ ਕੀ ਕੀ ਹੁੰਦੀ ਹੈ ਜੀ ਫਿਲਹਾਲ? ਮੈਂ ਜੀ ਇਹਨਾਂ ਦੀ ਮੈਨੇਜਰ ਹੈਗੀ, ਇਹਨਾਂ ਦੀ ਟੀਮ ਦੀ। ਠੀਕ ਹੈ ਜੀ, ਹਾਂਜੀ, ਕੀ ਬਾਤ ਹੈ, ਕੀ ਬਾਤ ਹੈ। ਤੇ ਬਾਕੀ ਹੁਣ ਬੱਚਿਆਂ ਦੇ ਟਾਈਮਸ, ਐਥਲੈਟਿਕਸ, ਸੌਕਰ, ਕਿਹੜਾ ਟਾਈਮ ਕਿੱਥੇ ਹੈ, ਕਿਹੜੀ ਪਿੱਚ ਕਿੱਥੇ ਹੈ, ਉਹ ਸਾਰਾ ਇਹਨਾਂ ਦੇ ਧਿਆਨ ਰੱਖਣਾ, ਸਕੇਜੂਲ ਬਣਾਇਆ ਹੋਇਆ। ਸਕੇਜੂਲ ਬਣਾਇਆ। ਅਗਲੇ ਸਾਲ ਅਸੀਂ ਤੁਹਾਡੇ ਸ਼ਹਿਰ ਆਉਣਾ ਖੇਡਣ। ਹਾਂਜੀ ਹਾਂਜੀ, ਸ਼ੋਰ, ਅਸੀਂ ਪੂਰਾ ਹੋਸਟ ਕਰਾਂਗੇ, ਤੁਹਾਨੂੰ ਮਿਲਾਂਗੇ। ਨਹੀਂ ਚਲੋ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ। ਸੋ ਇਧਰਲੇ ਪਾਸੇ ਆਪਾਂ ਇੱਕ ਵਾਰ ਫਿਰ ਦਿਖਾ ਦਈਏ ਜ਼ਰੂਰ ਕਿ ਲੰਗਰ ਪ੍ਰਸ਼ਾਦੇ ਦਾ ਜਿਹੜਾ ਉਹ ਦੌਰ ਚੱਲ ਰਿਹਾ ਲਗਾਤਾਰ, ਤੇ ਗਿਣਤੀ ਜਿਹੜੀ ਆ ਸੰਗਤ ਦੀ ਬਹੁਤ ਜ਼ਿਆਦਾ ਇਸ ਵੇਲੇ ਵੱਧ ਚੁੱਕੀ ਹੈ, ਦੂਰ ਤੱਕ ਜਿਹੜੀਆਂ ਕਤਾਰਾਂ ਲੱਗੀਆਂ ਹੋਈਆਂ। ਪਰ ਇੱਕ ਗੱਲ ਜ਼ਰੂਰ ਆਪਾਂ ਦਿਖਾਉਣੀ ਆ ਕਿ ਲੰਗਰ ਦਾ ਪ੍ਰਬੰਧ ਜਿਹੜਾ ਉਹ ਕੀਤਾ ਕਿੱਦਾਂ ਜਾ ਰਿਹਾ। ਹੋਰ ਬਾਜੀ ਠੀਕ ਹੈ ਸਭ? ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਵਧੀਆ ਜੀ। ਚੜ੍ਹਦੀ ਕਲਾ ਬਾਜੀ, ਠੀਕ ਆ ਜੀ, ਇਕੱਲੇ ਆਏ ਕੋ ਪਰਿਵਾਰ ਵੀ ਆਇਆ? ਨਹੀਂ ਬਸ ਬਾਜੀ, ਅਸੀਂ ਸੇਵਾ ਲਈ ਆ। ਸੇਵਾ ਲਈ ਆ, ਠੀਕ ਹੈ ਜੀ। ਤੇ ਸਾਡਾ ਰੋਇਲ ਗੋਲਡ ਦੇ ਨਾਮ ਤੇ ਆਟਾ ਆਉਂਦਾ ਜੀ ਉਰੇ, ਠੀਕ ਹੈ ਜੀ, ਲੋਕਲ ਬਣਾਉਂਦੇ ਹਾਂ ਜੀ ਅਸੀਂ, ਰਸ ਆਏ ਤੇ। ਹਾਂ ਜੀ ਹਾਂ ਜੀ, ਰਸ ਵੀ, ਠੀਕ ਹੈ। ਚਲੋ ਨਹੀਂ, ਬਹੁਤ ਵਧੀਆ, ਧੰਨਵਾਦ ਜੀ ਤੁਹਾਡਾ, ਧੰਨਵਾਦ ਜੀ, ਮਿਹਰਬਾਨੀ ਸਰ, ਮਿਹਰਬਾਨੀ, ਸ਼ੁਕਰੀਆ ਜੀ। ਕੀ ਹਾਲ ਨੇ ਸਰ, ਠੀਕ ਹੋ ਜੀ? ਚੜ੍ਹਦੀ ਕਲਾ ਜੀ, ਵਧੀਆ ਜੀ, ਆਨੰਦ ਆਨੰਦ ਮਹਾਰਾਜ, ਰੌਣਕਾਂ ਲੱਗੀਆਂ ਪਈਆਂ। ਤੁਸੀਂ ਪਹਿਲਾਂ ਖੇਡਦੇ ਸੀ? ਹਾਂਜੀ, ਕਿਉਂਕਿ ਜਦੋਂ ਆਈ ਦਾ ਹਾਲ ਲਾਇਆ ਪਤਾ ਲੱਗਿਆ ਖਿਡਾਰੀਆਂ ਦੇ ਸਰੀਰ ਦਾ ਪਤਾ ਲੱਗ ਜਾਂਦਾ। ਹਾਂਜੀ ਹਾਂਜੀ, ਕੀ ਖੇਡਦੇ ਸੀ ਪਹਿਲਾਂ? ਪਹਿਲਾਂ ਕਬੱਡੀ ਖੇਡਦੀ ਸੀ, ਹੋਰ ਕੀ ਖੇਡ ਸਕਦੇ? ਲਓ ਜੀ, ਸਰੀਰ ਦਾ ਐਨ ਚੰਗੇ ਤਰੀਕੇ ਪਤਾ ਲੱਗਦਾ, ਰੌਣਕ ਨੂੰ ਦੇਖ ਕੇ ਕਿੱਦਾਂ ਮਹਿਸੂਸ ਹੋ ਰਿਹਾ ਜੀ? ਅਜੇ 11 ਵਜੇ ਨੇ ਸਿਰਫ, ਪਿੰਡ ਹੀ ਲੱਗਦਾ, ਪਿੰਡ ਹੀ ਲੱਗਦਾ, ਹੁਣ ਪਿੰਡ ਨਹੀਂ ਪਿੰਡ ਲੱਗਦਾ, ਪਰ ਇਹ ਪਿੰਡ ਲੱਗਦਾ। ਹਾਂਜੀ ਹਾਂਜੀ, ਪਿੰਡ ਹੀ ਤਾਂ ਹੁਣ ਲੋਕ ਘਟ ਗਏ ਆ। ਹਾਂਜੀ ਹਾਂਜੀ ਹਾਂ, ਨਹੀਂ ਚਲੋ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਮਿਹਰਬਾਨੀ ਸਰ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਠੀਕ ਠਾਕ ਹੋ ਜੀ? ਵੈਲਕਮ ਟੂ, ਮਿਹਰਬਾਨੀ ਜੀ, ਮਿਹਰਬਾਨੀ। ਮੌਜਾਂ ਲੱਗੀਆਂ ਪਈਆਂ ਪੂਰੀਆਂ ਜੀ, ਪੂਰੀਆਂ। ਤੁਸੀਂ ਪਕੌੜਿਆਂ ਦੀ ਪਲੇਟ ਭਰੋ, ਮੈਂ ਤੁਹਾਡੇ ਕੋਲ ਆਇਆ। ਨਹੀਂ ਬਿਲਕੁਲ ਠੀਕ ਹੈ ਜੀ। ਹੋਰ ਭਾਜੀ ਕੀ ਹਾਲ ਨੇ ਜੀ, ਠੀਕ ਠਾਕ ਹੋ? ਚੜ੍ਹਦੀ ਕਲਾ, ਸ਼ੁਕਰੀਆ ਜੀ, ਸ਼ੁਕਰੀਆ ਜੀ। ਜੋੜੀਦਾਰ ਇੰਡੀਆ ਇਲੈਕਸ਼ਨ ਕਵਰ ਕਰਦਾ, ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਜੀ ਤੁਸੀਂ? ਐਨ ਚੜ੍ਹਦੀ ਕਲਾ ਜੀ, ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ ਜੀ, ਸ਼ੁਕਰੀਆ ਜੀ। ਕਿਹਾ ਵੀ ਨਹੀਂ ਨਹੀਂ ਠੀਕ ਹੈ, ਪਤਾ ਲੱਗਿਆ, ਦੇਖੇ ਵੀ ਤਾਂ ਤੁਸੀਂ ਕਾਫੀ ਦੇਰ ਦੇ ਗਏ। ਹਾਂਜੀ ਹਾਂਜੀ, ਹੋ ਗਿਆ ਸੀ ਹਫ਼ਤਾ ਜੀ। ਅਗਲੀਆਂ ਗੇਮਾਂ ਚ ਆਪਾਂ ਵੀ ਵਲੰਟੀਅਰ ਬਣਨਾ, ਔਰ ਬੜੀ ਸ਼ਾਬਾਸ਼ੀ ਮਿਲਦੀ ਹੈ। ਜੋ ਉਦਮ ਹੋ ਰਿਹਾ ਉਹਦੀ ਸ਼ਲਾਘਾ ਕਰਨੀ ਬਣਦੀ ਹੈ ਨੀ ਦੁਨੀਆਂ ਚ ਕਿਤੇ ਵੀ? ਇਹ ਤਾਂ ਮੰਨਣਾ ਪੈਣਾ ਜੀ, ਤੁਹਾਨੂੰ ਪਤਾ ਵੀ ਮਤਲਬ ਜਿੱਦਾਂ ਵੀ
ਮੈਂ ਅੱਗੇ ਵੀ ਪਹਿਲਾਂ ਵੀ ਗੱਲ ਕਰਦਾ ਹੁੰਦਾ, ਹੁਣ ਤਾਂ ਇਹ ਕੱਢਣੀ ਬੜੀ ਸੌਖੀ ਆਸਾਨ ਜੀ ਗੱਲ ਆ, ਪ੍ਰਬੰਧ ਕਰਨਾ ਬਹੁਤ ਹੀ ਮੁਸ਼ਕਲ ਹੈ, ਔਰ ਜਿਹਨੇ ਕਦੇ ਕੁਛ ਕੀਤਾ ਹੁੰਦਾ ਉਹ ਕਦੇ ਹੁਣ ਤਾਂ ਹੀ ਨਹੀਂ ਕਰਦਾ। ਬਿਲਕੁਲ ਠੀਕ ਹੈ। ਲਓ ਜੀ ਇੱਧਰਲੇ ਪਾਸੇ ਆਪਾਂ ਚੱਲਦੇ, ਪਿੱਛੇ ਲੰਗਰ ਪ੍ਰਸ਼ਾਦੇ ਦਾ ਜਿੱਥੇ ਪ੍ਰਵਾਹ ਜਿਹੜਾ ਚੱਲ ਰਿਹਾ ਕਿ ਸਾਰੀਆਂ ਤਿਆਰੀਆਂ ਕਿੱਧਰਲੇ ਪਾਸੇ ਹੋ ਰਹੀਆਂ ਆਪਾਂ ਉਹ ਜ਼ਰੂਰ ਦਿਖਾਉਂਦੇ ਹਾਂ। ਭਾਜੀ ਕੀ ਹਾਲ ਨੇ? ਠੀਕ ਹੋ ਜੀ, ਐਡੀਲੇਡ ਸਿਕਸ ਵਾਲੇ ਹੋ, ਠੀਕ ਠਾਕ ਹੋ? ਕਿਰਪਾ, ਹਾਕੀ ਕਲੱਬ ਠੀਕ ਚੱਲਦੀ? ਹਾਂਜੀ ਬਿਲਕੁਲ, ਮੈਚ ਚੱਲ ਰਹੇ ਨੇ 8 ਵਜੇ ਤੋਂ ਸ਼ੁਰੂ ਨੇ ਮੈਚ ਉੱਧਰ। ਠੀਕ ਹੈ, 2 ਮੈਚ ਹੋ ਲਏ ਨੇ ਤੇ 3 ਮੈਚ ਚੱਲ ਰਹੇ ਉੱਧਰ ਕੰਟੀਨਿਊ। ਤੇ ਮੈਨੂੰ ਇਹ ਦੱਸਿਓ ਕਿ ਇੱਥੇ ਸੇਵਾਦਾਰਾਂ ਦੇ ਵਿੱਚ ਪੂਰੀ ਭੂਮਿਕਾ ਤੁਹਾਡੀ? ਪੂਰੀ, ਸਾਰੇ ਟੀਮ ਨਾਲ ਕੰਮ ਕਰ ਰਹੇ ਨੇ ਵਧੀਆ। ਠੀਕ ਹੈ ਜੀ, ਤੇ ਇੱਥੋਂ ਲੰਗਰ ਬਾਕੀ ਗਰਾਊਂਡ ਵਿੱਚ ਪਹੁੰਚ ਰਹੇ, ਟਾਈਮ ਤੇ ਪੁੱਜ ਰਹੇ ਹਾਂ, ਸਾਰੇ ਖੁਸ਼ ਨੇ। ਹਾਂਜੀ ਬਿਲਕੁਲ, ਚਲੋ ਠੀਕ ਹੈ, ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ ਜੀ। ਸੋ ਐਨ ਨੱਕੋ ਨੱਕ ਭਰ ਗਿਆ ਜੀ ਸਾਰਾ ਕੁਛ, ਤੇ ਹੁਣ ਆਪਾਂ ਇੱਧਰਲੇ ਪਾਸੇ ਜਾ ਕੇ ਦੇਖਦੇ ਹਾਂ ਪ੍ਰਬੰਧਕ ਜਿਹੜੇ ਉਹ ਲੱਗੇ ਹੋਏ ਨੇ ਇੱਧਰਲੇ ਪਾਸੇ। ਇਹ ਸਾਰੇ ਵਲੰਟੀਅਰ ਸੱਜਣ ਨੇ, ਤੇ ਵਲੰਟੀਅਰ ਸੱਜਣ ਆਪਾਂ ਇਧਰੋਂ ਦੂਰ ਰਹਿਣਾ, ਹੋ ਸਕਦਾ ਕਿ ਤੇਲ ਗਰਮ ਹੋਵੇ, ਭਾਜੀ ਹੌਲੀ ਹੌਲੀ ਚੱਕਿਓ, ਗਰਮ ਨਾ ਹੋਵੇ। ਠੀਕ ਹੈ ਜੀ, ਕੀ ਹਾਲ ਨੇ ਜੀ? ਠੀਕ ਠਾਕ ਹੋ? ਹੋਰ ਵਧੀਆ ਜੀ ਬਾਬਿਓ। ਇਹਦੇ ਵਿੱਚ ਕੀ ਕੱਢਣਾ? ਇਹਦੇ ਚ ਪਕੌੜੇ। ਅੱਛਾ ਜੀ, ਪਕੌੜੇ ਨੇ ਚੱਲ ਰਹੇ ਆ ਵੈਸੇ ਆਪਣੇ ਕੋਲੇ 4। ਠੀਕ ਹੈ ਜੀ, ਇੱਕ ਹੋਰ ਸ਼ੁਰੂ ਕਰ ਲਾਂਗੇ, ਇੱਕ ਹੋਰ ਸ਼ੁਰੂ ਕਰ ਲਾਂਗੇ ਸੰਗਤ ਦੇ ਹਿਸਾਬ ਨਾਲ, ਫਿਰ ਡਿਮਾਂਡ ਵੱਧ ਗਈ ਨਾ। ਡਿਮਾਂਡ ਵੱਧ ਗਈ? ਹਾਂਜੀ, ਡਿਮਾਂਡ ਵੱਧ ਗਈ ਜੀ ਸੰਗਤ, ਜਿੱਦਾਂ ਹੁਣ ਤੁਹਾਨੂੰ ਪਤਾ ਨਿਕਲੇ ਆ ਘਰੋਂ ਜੀ, ਤੇ ਆਪਾਂ ਹੁਣ ਇਸ ਕਰਕੇ ਇੱਕ ਭੱਠੀ ਹੋਰ ਚਲਾਉਣ ਲੱਗੇ ਆ ਜੀ ਪਕੌੜਿਆਂ ਵਾਸਤੇ, ਤੇ ਆਪਣਾ ਹੋਰ ਵਧੀਆ ਚੱਲੂਗਾ। ਕਿੰਨੇ ਵਜੇ ਆਏ ਹੋ? ਸਵੇਰੇ ਅਸੀਂ 5:30 ਵਜੇ ਦੇ ਕਰੀਬ ਦੇ ਆਏ ਹਾਂ ਜੀ। 5:30 ਵਜੇ? ਸੋ ਜਿੰਨੇ ਵੀ ਸੱਜਣ ਇੱਥੇ ਬੈਠੇ ਨੇ ਸਾਰੇ ਵਲੰਟੀਅਰ ਨੇ, ਸਾਰੇ ਆਪੋ ਆਪਣੇ ਕੰਮ ਧੰਦੇ ਜਿਹੜੇ ਉਹ ਛੱਡ ਕੇ ਆਏ ਹੋਏ ਨੇ, ਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਇਸੇ ਤਰੀਕੇ ਜਿਹੜਾ ਉਹ ਪ੍ਰਵਾਹ ਜਿਹੜਾ ਚੱਲਦਾ ਰਹੇ। ਇਧਰਲੇ ਪਾਸੇ ਚਾਹ ਉਬਲਦੀ ਆ ਜੀ, ਭਾਜੀ ਕੀ ਹਾਲ ਚਾਲ ਨੇ? ਦੁੱਧ ਥੋੜੀ ਜ਼ਿਆਦਾ ਪਾ ਦਿਓ, ਮੈਂ ਪੀਣੀ ਆ। ਬਿਲਕੁਲ ਜੀ, ਜ਼ਰੂਰ ਜੀ ਜ਼ਰੂਰ, ਚਾਹ ਪਛਾ ਕੇ ਜਾਇਓ। ਇਹ ਕਿੰਨੀ ਕੁ ਚਾਹ ਹੋਊਗੀ ਕੋਈ ਅੰਦਾਜ਼ਾ? ਅੰਦਾਜ਼ਾ ਵੀਰ ਜੀ, ਇਹ ਸਵੇਰ ਦਾ 6 ਪਤੀਲਾ ਹੈ। ਸਵੇਰ ਦਾ 6 ਪਤੀਲਾ? ਹਾਂਜੀ। ਤੇ ਬੱਜੇ ਕਿੰਨੇ ਆ ਜੀ? ਹਲੇ ਦਾ ਜੀ 11:15 ਹੋਏ ਆ। ਲਓ ਜੀ 11:15 ਹੋਏ ਆ, ਸਵੇਰ ਦਾ 6 ਪਤੀਲਾ ਕਹਿੰਦੇ ਜੀ ਚਾਹ ਦਾ ਚਾੜ ਦਿੱਤਾ ਆ। ਹਾਂਜੀ ਵੀਰ ਜੀ। ਠੀਕ ਹੈ ਜੀ, ਲੈਚੀਆਂ ਲੂਚੀਆਂ ਪਾਉਣੇ ਹੋ? ਬਿਲਕੁਲ, ਚਾਹ ਮਸਾਲਾ ਲੈਚੀਆਂ MDH ਦਾ ਪਾ ਕੇ ਬਣਾਉਂਦੇ ਆ ਜੀ। ਕੀ ਬਾਤ ਹੈ ਭਾਜੀ, ਕੀ ਹਾਲ ਨੇ? ਆ ਜਾਓ ਅੱਗੇ ਨੂੰ, ਆਓ ਜੀ। ਅੱਛਾ, ਹੋਰ ਸੁਣਾਓ ਕਿਦਾਂ ਹਾਲ ਚਾਲ? ਬਸ ਵਧੀਆ, ਤੁਸੀਂ ਸੁਣਾਓ? ਕੁਰਤਾ ਪਜਾਮਾ ਟੌਰੀ ਆ? ਥੈਂਕ ਯੂ ਜੀ। ਮੈਨੂੰ ਇਲਾਕਾ ਕਿਹੜਾ ਪਿੱਛੋਂ ਪੰਜਾਬ ਤੋਂ? ਮੋਗਾ ਜੀ। ਮੋਗਾ ਇਲਾਕਾ? ਹਾਂਜੀ ਹਾਂਜੀ। ਕਿੰਨੇ ਵਜੇ ਤੋਂ ਸਵੇਰ ਦੇ ਡਟੇ ਹੋ? ਇੱਥੇ ਜੀ 7 ਦੀ। 7 ਵਜੇ ਆ ਗਏ? ਹਾਂਜੀ ਹਾਂਜੀ। ਠੀਕ ਹੈ ਭਾਜੀ, ਤੁਸੀਂ ਕਿੰਨੇ ਵਜੇ ਆ ਗਏ ਸੀ? 8 ਵਜੇ ਆਏ ਭਾਈ ਜੀ। ਤੁਸੀਂ 8 ਵਜੇ ਆ ਗਏ ਸੀ, ਤੇ ਅੱਜ ਕਿੰਨੇ ਵਜੇ ਘਰ ਨੂੰ ਚੱਲ ਜਾਣਾ ਸੌਣ? ਸੌਣ ਦਾ ਤੇ ਕੋਈ ਆਉਣ ਦਾ ਪਤਾ, ਜਾਣ ਦਾ ਕੋਈ ਪਤਾ, ਕੋਈ ਪਤਾ ਨਹੀਂ ਭਾਜੀ। ਮਿਹਰਬਾਨੀ ਜੀ, ਮਿਹਰਬਾਨੀ ਭਾਜੀ, ਥੋੜਾ ਜਿਹਾ ਜ਼ਿਆਦਾ ਪਾ ਦਿਓ ਸੌਦਾ ਭਾਜੀ, ਥੋੜਾ ਜਿਹਾ ਦੇਖੋ ਜੀ ਕਿੰਨਾ ਚਾਹੀਦਾ, ਤੁਸੀਂ ਉਹਨਾਂ ਪਾ ਦਿੰਦੇ ਆ। ਠੀਕ ਹੈ ਜੀ, ਤੇ ਇੱਥੋਂ ਭਰ ਭਰ ਕੇ ਜਾਂਦੇ ਪਕੌੜੇ? ਹਾਂਜੀ ਭਾਜੀ, ਇੱਥੋਂ ਆਪਾਂ ਭਰ ਰਹੇ ਹਾਂ, ਉਹ ਵੀਰ ਬੰਦ ਕਰ ਰਿਹਾ। ਠੀਕ ਹੈ ਜੀ, ਉੱਧਰ ਕੱਚੇ ਕੱਢ ਰਹੇ ਨੇ ਜੀ। ਠੀਕ ਹੈ, ਪੱਕੇ ਹੋ ਗਏ ਵਾਪਸ? ਚਲੋ ਇੱਕ ਭਰ ਕੇ ਦਿਖਾਓ ਜੀ। ਹਾਂਜੀ ਭਾਜੀ, ਲਓ ਜੀ, ਲਓ ਜੀ, ਇੱਥੋਂ ਬ੍ਰੈਡ ਚੱਕਿਆ। ਬ੍ਰੈਡ ਚੱਕਿਆ ਜੀ। ਇਹ ਕਿੰਨਾ ਕੁ ਪਾਉਣੇ, ਅੰਦਾਜ਼ੇ ਜਾਂ ਨਹੀਂ? ਅੰਦਾਜ਼ੇ ਨਾਲ ਜੀ। ਅੱਛਾ ਠੀਕ ਹੈ ਜੀ, ਦਾ ਪੂਰਾ ਵੀ ਪੂਰਾ ਭਰਿਆ ਹੋਵੇ, ਅਗਲੇ ਨੂੰ ਖਾਣ 'ਚ ਵੀ ਸਵਾਦ ਆਵੇ। ਠੀਕ ਹੈ ਜੀ। ਹਾਂਜੀ, ਤੇ ਫਿਰ ਆਪਾਂ ਆਵੇ ਅੱਗੇ। ਪਿੱਛੋਂ ਇਲਾਕਾ ਕਿਹੜਾ ਆਪਣਾ ਜੀ? ਤਰਨ ਤਾਰਨ। ਤਰਨ ਤਾਰਨ, ਵਾਹ ਜੀ ਵਾਹ, ਮੌਜਾਂ ਲੱਗ ਗਈਆਂ। ਮੌਜਾਂ ਲੱਗ ਗਈਆਂ। ਠੀਕ ਹੈ ਜੀ। ਹਾਂਜੀ ਹਾਂਜੀ ਭਾਜੀ, ਤੁਹਾਡਾ ਕਿਹੜਾ ਇਲਾਕਾ ਜੀ? ਮੇਰਾ ਜੀ ਸ਼ਹਿਰ ਜਲੰਧਰ ਦਾ ਪਿੰਡ ਲਸਾੜਾ ਜੀ। ਸਾਰੇ ਪਿੰਡ ਤੋਂ ਤੁਸੀਂ? ਠੀਕ ਹੈ ਜੀ, ਸਨੀ ਦੇ ਪਿੰਡ ਤੋਂ ਜੀ। ਸਨੀ ਦੇ ਪਿੰਡ? ਠੀਕ ਹੈ, ਚਲੋ ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ? ਲਓ ਜੀ ਇੱਧਰਲੇ ਪਾਸਿਓ ਪਕੌੜੇ ਭਰ ਕੇ ਤੇ ਮੁੜ ਕੇ ਇੱਧਰਲੇ ਪਾਸੇ ਆਈ ਜਾਂਦੇ ਆ। ਭਾਜੀ ਕੀ ਹਾਲ ਨੇ? ਆਹ ਤਾਂ ਕਮਾਲ ਹੋ ਗਈ ਆ, ਇਹ ਪਹਿਲਾਂ ਵੀ ਕਦੇ ਪਕੌੜੇ ਕੱਢੇ ਆ? ਚੱਲੀ ਜਾ ਰਿਹਾ ਬਸ। ਠੀਕ ਹੈ ਜੀ, ਇੱਕ ਅੰਦਾਜ਼ੇ ਹੈ ਨਾ ਕਿ ਵੱਡੇ ਛੋਟੇ ਵੀ ਨਿਕਲ ਜਾਂਦੇ ਆ? ਨਹੀਂ ਨਹੀਂ, ਬਰਾਬਰ ਹੀ ਕੱਢਦੇ। ਬਰਾਬਰ ਹੀ ਕੱਢਦੇ ਆ? ਠੀਕ ਹੈ ਜੀ, ਚਲੋ ਮਿਹਰਬਾਨੀ ਜੀ। ਸੋ ਇਧਰਲੇ ਪਾਸੇ ਵੀ ਹਰਜੀਤ ਭਾਜੀ ਦਿਖਾ ਦਿਓ ਜੀ, ਇਧਰਲੇ ਪਾਸੇ ਵੀ ਸਾਰਾ ਕੁਛ ਉੱਪਰ ਦੀ ਹੋ ਚਲੋ ਨਹੀਂ ਤਾਂ, ਤੇ ਇਧਰਲੀ ਇਸ ਭੱਠੀ ਦੇ ਵਿੱਚੋਂ ਪਕੌੜੇ ਜਿਹੜੇ ਲਗਾਤਾਰ ਨਿਕਲੀ ਜਾ ਰਹੇ, ਤੇ ਉਹ ਵੀ ਸਾਡੇ ਨੌਜਵਾਨ ਜਿਹੜੇ ਬੈਠੇ ਹੋਏ ਨੇ। ਸਤਿ ਸ੍ਰੀ ਅਕਾਲ ਫਤਿਹ ਜੀ ਸਾਰਿਆਂ ਨੂੰ। ਲਓ ਜੀ, ਕਿੰਨੇ ਵਜੇ ਦੇ ਲੱਗੀ ਹੋ ਜੀ ਸਵੇਰ ਦੇ? 6 ਵਜੇ ਦੇ ਜੀ। 6 ਵਜੇ ਦੇ? ਹਾਂ ਜੀ।
ਤੇ ਇੱਕ ਕਢਾਈ ਇੱਧਰ ਚੱਲਦੀ ਹੈ, ਇੱਕ ਕਢਾਈ ਇੱਧਰ ਚੱਲਦੀ ਹੈ ਤੇ ਤੀਜੀ ਕਢਾਈ ਉੱਧਰ ਹੈ। ਠੀਕ ਹੈ ਜੀ ਭਾਜੀ, ਕੀ ਹਾਲ ਨੇ? ਕਿੰਨੇ ਵਜੇ ਦਾ ਸਵੇਰ ਦਾ ਸ਼ੁਰੂ ਕੰਮ ਜੀ? 6 ਵਜੇ ਦਾ ਕੀਤਾ ਭਾਜੀ। ਲਗਾਤਾਰ ਨਿਕਲੀ ਜਾਂਦੇ? ਲਗਾਤਾਰ ਨਿਕਲੀ ਜਾਂਦੇ। ਕੜਾਈ ਖਾਲੀ ਤਾਂ ਨਹੀਂ ਰਹੀ? ਨਾ ਨਾ, ਲੋ ਜੀ ਕੜਾਈ ਨੂੰ ਸਾਹ ਨਹੀਂ ਆਉਂਦੀ ਦਾ, ਕੜਾਈ ਸਾਹ ਨਹੀਂ ਆਉਣ ਦਈਦਾ। ਠੀਕ ਹੈ ਜੀ। ਲੋ ਜੀ, ਸੋ ਇਹ ਸਾਰੇ ਸੱਜਣ ਜਿਹੜੇ ਇਸ ਵੇਲੇ ਵਲੰਟੀਅਰ ਸੇਵਾ ਕਰ ਰਹੇ ਆ ਭਾਜੀ, ਇੱਧਰ ਤਾਂ ਮੋਟਾ ਹੀ ਕੰਮ ਲੱਗਦਾ। ਭਾਰਾ ਜਾ ਕਹੀਏ ਕੀ ਆ ਜੀ? ਇਹ ਪਨੀਰ ਆ ਜੀ। ਇਹਦਾ ਕੀ ਕਰਨਾ ਜੀ? ਇਹ ਆਪਣੇ ਬ੍ਰੈਡਾਂ ਦੇ ਵਿੱਚ ਪਾ ਰਹੇ ਭਾਜੀ। ਉਹ ਜਿਹੜਾ ਉਧਰਲੇ ਪਾਸੇ ਬਣਦਾ? ਹਾਂ ਜੀ। ਠੀਕ ਹੈ ਜੀ। ਤੇ ਕਿੰਨੇ ਵਜੇ ਦੇ ਲੱਗੇ ਹੋ ਸਵੇਰ ਦੇ? ਮੈਂ ਜੀ ਸਵੇਰੇ 7 ਵਜੇ। 7 ਵਜੇ ਦੇ ਲੱਗੇ? ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ ਜੀ? ਡਟੇ ਹੋਏ ਹੋ? ਠੀਕ ਹੈ ਜੀ। ਹੋਰ ਭਾਜੀ ਕੀ ਹਾਲ ਨੇ? ਅੱਛਾ, ਤੁਸੀਂ ਪੈਕਟ ਖੋਲ ਕੇ ਦੇਈ ਜਾਂਦੇ ਹੋ ਤੇ ਇਹ ਚੂਰਾ ਕਰੀ ਜਾਂਦੇ ਆ? ਹਾਂਜੀ ਹਾਂਜੀ, ਟੀਮ ਵਰਕ ਭਾਜੀ, ਟੀਮ ਵਰਕ ਆ। ਨਹੀਂ ਚਲੋ, ਬਹੁਤ ਵਧੀਆ, ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ। ਤੁਹਾਡਾ ਸ਼ੁਭ ਨਾਮ ਕੀ ਅੰਕਲ ਜੀ? ਸ਼ੁਭ ਨਾਮ ਪਰਮਾਤਮਾ ਸਿੰਘ। ਪਰਮਾਤਮਾ ਸਿੰਘ, ਤੁਹਾਡਾ ਪੰਜਾਬ ਤੋਂ ਕਿਹੜਾ ਇਲਾਕਾ ਜੀ? ਮੋਗਾ। ਮੌਜਾਂ ਲੱਗੀਆਂ ਪਈਆਂ, ਰੌਣਕਾਂ ਪੂਰੀਆਂ, ਫੁੱਲ ਮੌਜਾਂ? ਨਹੀਂ, ਠੀਕ ਹੈ, ਚੜ੍ਹਦੀ ਕਲਾ, ਚੜ੍ਹਦੀ ਕਲਾ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ ਜੀ? ਇਹ ਉਦਾਂ ਦੀ ਛੁਰੀ ਆ ਜਿੱਦਾਂ ਦੀ ਘਰ ਹੁੰਦੀ ਆ? ਉਹ ਤਾਂ ਤੇਜ਼ ਆ ਥੋੜੀ। ਉਹ ਤਾਂ ਤੇਜ਼ ਆ ਥੋੜੀ। ਠੀਕ ਹੈ ਜੀ, ਥੋੜੀ ਬਚ ਕੇ ਚਲਾਉਣ ਵਾਲੀ ਗੱਲ ਆ ਨਾ? ਹਾਂਜੀ ਹਾਂਜੀ, ਠੀਕ ਹੈ ਜੀ। ਕਿੰਨੇ ਵਜੇ ਤੇ ਲੱਗੇ ਹੋ ਜੀ? ਅਸੀਂ 8 ਵਜੇ ਦੇ। 8 ਵਜੇ ਦੇ? ਹਾਂਜੀ, ਠੀਕ ਹੈ ਜੀ। ਹੋਰ ਜੀ ਭੈਣ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਕਦੋਂ ਦੇ ਸ਼ੁਰੂ ਹੋਏ ਹੋ ਜੀ? 7 ਵਜੇ ਦੇ ਸਵੇਰ ਦੇ। ਇਹ ਪਕੌੜਿਆਂ ਵਾਲੀ ਆ ਕਿ ਸਬਜ਼ੀ ਲਈ ਆ? ਪਕੌੜਿਆਂ ਲਈ ਆ। ਲਓ ਜੀ, ਇਧਰਲੇ ਪਾਸੇ ਜੇ ਇਹ ਛੁਰੀਆਂ ਰੁਕ ਜਾਣ ਤਾਂ ਗੋਭੀ ਵਾਲੇ ਪਕੌੜੇ ਨਹੀਂ ਨਿਕਲਦੇ ਫਿਰ, ਇਸ ਕਰਕੇ ਇਧਰੋਂ ਵੀ ਕੰਮ ਜਿਹੜਾ ਉਹ ਲਗਾਤਾਰ ਸ਼ੁਰੂ ਹੈ ਤੇ ਉਧਰਲੇ ਪਾਸੇ ਵੀ ਆਪਾਂ ਥੋੜੀ ਜਿਹੀ ਨਿਗਾਹ ਮਾਰ ਲੈਂਦੇ ਆ। ਲਓ ਜੀ, ਆਸਟ੍ਰੇਲੀਆਈ ਸਿੱਖ ਖੇਡਾਂ, 36ਵੀਆਂ ਸਿੱਖ ਖੇਡਾਂ ਜਿਹੜੀਆਂ ਆਸਟ੍ਰੇਲੀਆ ਦੀਆਂ, ਤੇ ਇਧਰਲੇ ਪਾਸੇ ਕੰਮ ਚੱਲੀ ਜਾਂਦਾ ਤੇ ਵਾਹ ਜੀ ਵਾਹ 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 ਵਾਹ। ਇਹ ਕੀ ਆ ਜੀ? ਬਹੁਤ ਵਧੀਆ ਜੀ। ਕਿੰਨੇ ਖੋਲ ਗਏ ਰਾਜਮਾ ਜੀ ਅੰਦਾਜ਼ਾ? ਬਾਈ 2 ਕੁਇੰਟਲ ਤੋਂ ਉੱਤੇ ਕੀਤੇ ਆ। ਲਓ ਜੀ, 2 ਕੁਇੰਟਲ ਜਿੱਥੇ ਰਾਜਮਾ ਮੰਨੇ, ਤੁਸੀਂ ਬਾਕੀ ਅੰਦਾਜ਼ਾ ਆਪ ਲਾ ਲਓ, ਗਿਣਤੀਆਂ ਮਿਣਤੀਆਂ ਭਰੇ ਹੀ ਨੇ। ਠੀਕ ਹੈ ਜੀ, ਕਿੱਧਰ ਨੂੰ ਲਿਜਾਣੇ ਹੁਣ? ਚਲੋ ਹਾਂਜੀ, ਠੀਕ ਨਹੀਂ, ਠੀਕ ਹੈ ਜੀ, ਮਿਹਰਬਾਨੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਨੇ ਜੀ? ਠੀਕ ਠਾਕ ਹੋ? ਕੀ ਹਾਲ ਨੇ? ਬਹੁਤ ਵਧੀਆ ਜੀ, ਸਾਡਾ ਮੂੰਹ ਵੀ ਦਿਖਾ ਦਿਓ। ਉਹ ਦੇਖੋ ਜੀ, ਦੇਖ ਲਓ ਜੀ। ਹੋਰ ਭਾਜੀ ਕੀ ਹਾਲ ਨੇ? ਪ੍ਰਾਈਵੇਸ਼ੀਆ ਤੋਂ ਜੀ। ਠੀਕ ਠਾਕ ਹੋ? ਬਹੁਤ ਵਧੀਆ ਜੀ। ਪਹਿਲਾਂ ਤੁਹਾਨੂੰ ਦੱਸੋ, ਗਾਜਰ ਸਵਾਦ ਆ? ਇਹ ਤਾਂ ਬਹੁਤ ਵਧੀਆ ਬਾਈ, ਮਿੱਠੀ ਆ। ਠੀਕ ਹੈ ਜੀ, ਤੇ ਇਲਾਕਾ ਕਿਹੜਾ ਪੰਜਾਬ ਤੋਂ ਜੀ? ਲੁਧਿਆਣਾ ਬਾਈ। ਸਵੇਰੇ ਕਿੰਨੇ ਵਜੇ ਦੇ ਸ਼ੁਰੂ ਕੀਤਾ ਜੀ? ਇਹ ਸਵੇਰੇ 6:30। 6:30 ਤੇ ਇਧਰ ਪਾਸੇ ਲੰਗਰ ਵਾਲੇ ਪਾਸੇ ਤਿਆਰੀਆਂ? ਉਹ ਚੌਲ ਬਣ ਗਏ, ਚੌਲ ਬਣ ਗਏ, ਬਣ ਕੇ ਢੱਕ ਦਿੱਤੇ ਨਾ? ਹਾਂ ਜੀ, ਉਹ ਕੰਪਲੀਟ ਹੋ ਗਿਆ। ਠੀਕ, ਦਾਲਾਂ ਵੀ ਸਾਰੀਆਂ ਕੰਪਲੀਟ ਆ? ਦਾਲਾਂ ਵੀ ਕੰਪਲੀਟ ਆ। ਮਾਰੀਆ ਮਾਰੀਏ ਨੇਗਾ, ਆਓ ਫਿਰ। ਭਾਜੀ ਕੀ ਹਾਲ ਨੇ? ਕੀ ਹਾਲ ਨੇ ਜੀ? ਵਧੀਆ ਵਧੀਆ ਜੀ। ਤੁਹਾਡੇ ਨਾਲ ਦੂਜੀ ਵਾਰੀ ਮੁਲਾਕਾਤ ਹੋ ਗਈ ਆ? ਦੂਜੀ ਵਾਰ, ਤੀਜੀ ਵਾਰ ਹੋ ਗਈ ਆ। ਠੀਕ ਹੈ ਜੀ, ਇਧਰਲੇ ਪਾਸੇ ਕਿਹੜੀ ਦਾਲ ਆ ਜੀ? ਇਹ ਹੈਗਾ ਆਪਣਾ ਪਾਲਕ ਪਨੀਰ, ਪਾਲਕ ਪਨੀਰ ਜੀ, ਪਾਲਕ ਪਨੀਰ ਆ। ਠੀਕ ਹੈ ਜੀ, ਇਹ ਕੰਡੇ ਲਾਇਆ ਪਿਆ? ਇਹ ਕੰਡੇ ਆਪਣੇ ਕੋਲ 12 ਕੁਇੰਟਲ ਤਿਆਰ ਆ ਸਮਾਨ ਸਾਰਾ। ਟੋਟਲ 12 ਕੁਇੰਟਲ? 6 ਕਿਲੋ ਦਾਲ ਆਪਣੇ ਕੋਲ, ਦਾਲ ਮੱਖਣੀ ਤੇ 6 ਕਿਲੋ ਪਾਲਕ ਪਨੀਰ ਆ। ਜਦੋਂ ਅਸੀਂ ਪਰਸੋਂ ਥੋੜਾ ਜਿਹਾ ਦੱਸਿਆ ਸੀ ਵੀ ਇੰਨੇ ਕੁਇੰਟਲ ਦਾਲ ਬਣਨੀ ਆ, ਤਾਂ ਕਈ ਬੰਦੇ ਨੇ ਵਿਸ਼ਾ ਐਵੇਂ ਕਰੀ ਜਾਂਦੇ ਹੋ, ਆ ਦੇਖ ਲਓ ਵੀ ਜੇ ਇਹਨੂੰ ਕਿਸੇ ਨੂੰ ਸ਼ੱਕ ਆ ਵੀ ਕੁਇੰਟਲ 6 ਪਤਲੇ ਭਰੇ ਪਏ ਨੇ ਤੁਹਾਡੇ ਕੋਲ? 6 ਪਤਲੇ ਐਨ ਰੈਡੀ? ਤੇ 3-3 ਕੁਇੰਟਲ ਦੇ? ਹਾਂਜੀ, 3-3 ਕੁਇੰਟਲ ਦੇ। ਤੇ 5 ਕੁਇੰਟਲ ਨੂੰ ਸੇਮੀਆਂ ਤਿਆਰ ਪਈਆਂ ਨੇ ਜੀ? 5 ਕੁਇੰਟਲ ਸੇਮੀਆਂ ਤਿਆਰ ਆ ਜੀ। ਭਾਜੀ ਮਾਰਿਆ ਖੁਰਪਾ ਮਾਰ ਕੇ ਤਾਂ ਨੂੰ ਕਰਿਓ ਜਰਾ,
ਆ ਲਓ ਬਾਈ ਦੇਖ ਲਓ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਖੁਰਪਾ ਐਨ ਥੱਲੇ ਤੱਕ ਜਾਂਦਾ, ਇਧਰਲੇ ਪਾਸੇ ਵੀ ਦਿਖਾ ਦਿਓ ਜੀ। ਆ ਲਓ ਜੀ, ਇਹ ਵੀ ਪਾਲਕ ਪਨੀਰ ਆ, ਠੀਕ ਆ ਜੀ। ਆ ਲਓ ਜੀ, ਜੇ ਕਿਸੇ ਨੂੰ ਅਜੇ ਵੀ ਸ਼ੱਕ ਆ ਨਾ ਕਿ ਐਡੀਲੇਡ ਵਾਲਿਆਂ ਨੇ ਕੋਈ ਕਸਰ ਕੁਸਰ ਨਹੀਂ ਰੱਖੀ, ਤੁਹਾਡੇ ਕੋਲੋਂ ਨਹੀਂ ਆ ਹੁੰਦਾ ਵੱਖਰੀ ਗੱਲ ਆ, ਘਰੋਂ ਚੱਲ ਕੇ। ਇਧਰਲੇ ਪਾਸੇ ਦਾਲ ਆ ਜੀ, ਆ ਸੇਵੀਆਂ ਵੀ ਬਣ ਗਈਆਂ ਭਾਜੀ, ਲਓ ਜੀ ਆ ਸੇਵੀਆਂ ਵੀ ਦਿਖਾ ਦਿਓ ਇੱਕ ਵਾਰੀ। ਆ ਲਓ ਜੀ, ਕਾਜੂ ਬਦਾਮ ਕਾਜੂ ਬਦਾਮ ਤੇ ਦਾਖਾਂ ਵਾਲੀਆਂ ਸੇਵੀਆਂ, ਜੇ ਕੋਈ ਐਡੀਲੇਡ ਆ ਕੇ ਵੀ ਰਹਿ ਗਿਆ ਤਾਂ ਫਿਰ ਤੁਹਾਡੀ ਕਿਸਮਤ ਹੀ ਆ। ਆਪਣਾ 3 ਕੁਇੰਟਲ ਸਾਡਾ ਤੜਕਾ ਤਿਆਰ ਸੀ, ਇਕੱਠੇ ਹੀ ਕਰਤਾ ਸੀ ਸਾਡਾ, 3.5 ਕੁਇੰਟਲ ਠੀਕ ਹੈ ਜੀ। ਅਜੇ ਆ ਤੁੜਕਾ ਪਿਆਜ ਦਾਲਾਂ ਸਬਜ਼ੀਆਂ ਬਣਨੀਆਂ, ਤੁੜਕਾ ਉਹਨੂੰ ਲੱਗਣਾ ਤੁੜਕਾ ਤਿਆਰ ਹੈ ਸਰ, ਵਿੱਚ ਛੂ ਕਰਾਉਣੀ ਆ ਬਸ, ਚਲੋ ਸ਼ਾਮ ਨੂੰ ਰੈਡੀ ਹੈ ਤੇ ਕੱਲ ਦਾ ਅਸੀਂ ਅੱਜ ਹੀ ਤਿਆਰ ਕਰਦੇ, ਕੱਲ ਦਾ ਵੀ ਅੱਜ ਹੀ ਤਿਆਰ ਕਰਦੇ। ਚਲੋ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦੀ, ਤੇ ਮੈਂ ਫਿਰ ਇੱਕ ਵਾਰੀ ਜਿਹੜਾ ਦੱਸ ਦਿਆਂ ਕਿ ਐਡੀਲੇਡ ਦੇ ਵਿੱਚ 36ਵੀਂ ਆਸਟ੍ਰੇਲੀਆਈ ਸਿੱਖ ਖੇਡਾਂ ਇਧਰਲੇ ਪਾਸੇ ਤਿਆਰੀਆਂ ਨੇ, ਉਧਰਲੇ ਪਾਸੇ ਲੰਗਰ ਜਿਹੜਾ ਗੁਰੂ ਕਾ ਚੱਲ ਰਿਹਾ, ਇੱਦਾਂ ਦਾ ਪ੍ਰੋਗਰਾਮ ਦੁਨੀਆਂ ਦੇ ਵਿੱਚ ਕਿਤੇ ਨਹੀਂ, ਪੰਜਾਬੀਆਂ ਦਾ ਇਹ ਇੱਕ ਮਿਸਾਲੀ ਪ੍ਰੋਗਰਾਮ ਹੈ। ਸਭ ਤੋਂ ਵੱਡੀ ਗੱਲ ਹੈ ਕਿ ਔਰਤਾਂ ਤੇ ਬੱਚਿਆਂ ਦੀ ਇੰਨੀ ਵੱਡੀ ਗਿਣਤੀ ਅਸੀਂ ਕਦੇ ਕਿਤੇ ਨਹੀਂ ਦੇਖੀ, ਇਧਰਲੇ ਪਾਸਿਓਂ ਕਾਪੀ ਪੇਸਟ ਕਰਕੇ ਦੁਨੀਆਂ ਭਰ ਦੇ ਵਿੱਚ ਪੰਜਾਬੀਆਂ ਨੂੰ ਇਦਾਂ ਦੇ ਈਵੈਂਟ ਜਿਹੜੇ ਆ ਉਹ ਜ਼ਰੂਰ ਕਰਾਉਣੇ ਚਾਹੀਦੇ ਆ, ਤੇ ਅਸੀਂ ਨਾਲ ਦੀ ਨਾਲ ਇਹ ਵੀ ਦੇਖਦੇ ਹਾਂ ਕਿ ਆ ਸਾਰੇ ਲੱਗੇ ਪਰੰਦੇ। ਭਾਜੀ ਕੀ ਹਾਲ ਨੇ, ਆ ਜਾਓ ਚੱਲੀਏ ਉਧਰਲੇ ਪਾਸੇ ਨੂੰ, ਤੁਸੀਂ ਇੰਨੀ ਤੇਜ਼ ਗਤੀ ਕਾਹਤੋਂ ਜਾਂਦੇ ਸੀ? ਕਿਉਂਕਿ ਇਸ ਵੇਲੇ ਸੰਗਤ ਦਾ ਪੂਰਾ ਰਸ਼ ਹੈ ਜੀ, ਤੇ ਸੰਗਤ ਦੇ ਉਹਦਾ ਪੂਰਾ ਪ੍ਰਬੰਧ ਕਰਨ ਲਈ ਚਾਹ ਪਾਣੀ ਤੇ ਕੋਈ ਇਹ ਨਾ ਹੋਵੇ ਕੋਈ ਚਾਹ ਤੋਂ ਪਕੌੜਿਆਂ ਤੋਂ ਕੋਈ ਖਾਲੀ ਜਾਵੇ, ਬਿਲਕੁਲ ਇਸ ਕਰਕੇ ਆਪਾਂ ਨੂੰ ਥੋੜੀ ਸਪੀਡ ਬਣਾਉਣੀ ਪਈ ਹੈ, ਸਪੀਡ ਬਣਾਉਣੀ ਪਈ, ਬਿਲਕੁਲ ਠੀਕ ਹੈ। ਤੇ ਹੁਣ ਤਾਂ ਚੱਲ ਰਿਹਾ ਕੰਮ ਸਮੂਹ, ਐਨ ਸਾਰਾ ਕੰਟਰੋਲ ਰੇਟ ਹੈ, ਠੀਕ ਹੈ ਜੀ। ਸੰਗਤਾਂ ਦਾ ਪੂਰਾ ਜੋਸ਼ ਹੈਗਾ, ਪੂਰੀ ਐਲਈਡੀ ਸੰਗਤ ਜਿਹੜੀ ਆ ਰਲ ਮਿਲ ਕੇ ਸੰਗਤ ਦੀ ਸੇਵਾ ਕਰ ਰਹੀ ਹੈ, ਪੂਰੇ ਜੋਸ਼ ਹੋਸ਼ ਨਾਲ ਕਰ ਰਹੀ ਹੈ, ਬਿਲਕੁਲ ਠੀਕ ਹੈ ਜੀ। ਮਿਹਰਬਾਨੀ ਜੀ, ਕਿਉਂਕਿ ਭਾਜੀ ਕੀ ਹਾਲ ਨੇ? ਹਰਜੀਤ ਭਾਜੀ ਆ ਥੱਲੇ ਨੂੰ ਹੋ ਕੇ ਜਰਾ ਕੇ ਦਿਖਾਓ ਕਿ ਸੇਵਾਦਾਰਾਂ ਦੇ ਬੂਟ ਤੇ ਪੈਂਟਾਂ ਇਦਾਂ ਲਿਬੜ ਜਾਂਦੀਆਂ, ਬਹਿ ਜਾਓ ਥੱਲੇ ਜਰਾ। ਕਿੰਨੇ ਵਜੇ ਰਾਤੀ ਗਏ ਹੋ ਇੱਥੋਂ ਸੇਵਾ ਕਰਦੇ? ਰਾਤੀ ਜੀ ਗਏ ਨੀ, ਗਏ ਨੀ ਰਾਤੀ, ਨਹੀਂ ਜੀ, ਇੱਕ ਵਾਰੀ ਗਿਆ ਸੀਗਾ ਪਰ ਉਹ ਬਾਅਦ ਚੋਂ ਟਰੱਕ ਦੀ ਫ੍ਰਿਜ ਬੰਦ ਹੋ ਗਈ ਤੇ ਮੈਨੂੰ ਫਿਰ ਵਾਪਸ ਆਉਣਾ ਪਿਆ। ਕਿੰਨੇ ਘੰਟੇ ਸੁੱਤੇ ਕਰ ਜਾ ਕੇ? 1 ਘੰਟਾ ਜੀ। ਲਓ ਜੀ 1 ਘੰਟਾ ਸੌ ਕੇ ਨੌਜਵਾਨ ਵਾਪਸ ਆ ਗਿਆ, ਜੇ 3 ਦਿਨ ਹੋਰ ਲੱਗਣੇ ਇਦਾਂ ਹੀ। ਤੇ ਅੱਛਾ ਹੁਣ ਸਵੇਰੇ ਕਿੰਨੇ ਵਜੇ ਪਕੌੜੇ ਚਾਹ ਸਾਰਾ ਕੁਝ ਸ਼ੁਰੂ ਹੋ ਗਿਆ ਸੀ? 7 ਵਜੇ ਰੈਡੀ ਸੀਗਾ ਜੀ ਆਪਣਾ। ਕੀ ਕੀਤਾ ਸਵੇਰ ਦਾ ਇੱਥੇ ਤੁਸੀਂ? ਅਸੀਂ ਪਕੌੜੇ ਕੱਢ ਰਹੇ ਜੀ। ਪਕੌੜੇ ਕੱਢ ਰਹੇ? ਹਾਂਜੀ। ਕੋਈ ਚੀਜ਼ ਕੱਢੀਦਾ ਨਹੀਂ? ਨਾ ਜੀ ਨਾ। ਉਤਸ਼ਾਹ ਪੂਰਾ ਸੰਗਤ ਦਾ? ਪੂਰਾ ਪੂਰਾ ਉਤਸ਼ਾਹ ਜੀ, ਆਪਣੇ ਵਲੰਟੀਅਰ ਸਾਰੇ ਨਾਲ ਉਦੋਂ ਦੇ ਆਏ ਹੋਏ ਆ ਸਵੇਰ ਦੇ। ਠੀਕ ਹੈ ਜੀ। ਮੈਂ ਦੱਸ ਦਿਆਂ ਕਿ ਯੋਗੀ ਹੋਰਾਂ ਦੀ ਆਪਦੀ ਵਰਕਸ਼ਾਪ ਹੈ, ਉਹ ਵਰਕਸ਼ਾਪ ਦੇ ਸ਼ਟਰ ਜਿਹੜੀ ਸੁੱਟ ਕੇ ਆਏ ਨਹੀਂ ਤਾਂ ਉੱਥੋਂ $4 ਕਮਾ ਲੈਣੇ ਸੀ, ਤੇ ਮੈਂ 3 ਦਿਨ ਹੋ ਗਏ ਇਹਨਾਂ ਨੂੰ ਲਗਾਤਾਰ ਦੇਖੀ ਜਾਂਦਾ ਕਿ ਇਸੇ ਤਰੀਕੇ ਕਾਇਮ ਨੇ, ਸੰਤੁਸ਼ਟੀ ਪੂਰੀ ਹੁੰਦੀ ਹੈ? ਪੂਰੀ ਸੰਤੁਸ਼ਟੀ। ਥੱਕੇ ਥੱਕੇ ਲੱਗਦੇ ਆ? ਨਹੀਂ ਨਹੀਂ ਮਹਾਰਾਜ, ਇਦਾਂ ਨਹੀਂ, ਨਾ ਨਾ ਨਾ, ਠੀਕ ਹੈ ਜੀ। ਚਲੋ, ਤੁਹਾਡਾ ਸਾਰਾ ਪਿਆਰ ਦੇ ਕੇ ਥਕਾਵਟ ਲੈ ਜਾਂਦੀ, ਥਕਾਵਟ ਲੈ ਜਾਂਦੀ। ਚਲੋ ਬਹੁਤ ਮਿਹਰਬਾਨੀ ਜੀ, ਸੋ ਇਦਾਂ ਦੇ ਗੱਭਰੂ ਜਿਹੜੇ ਅਸੀਂ ਉਹਨਾਂ ਨੂੰ ਸ਼ਾਬਾਸ਼ ਦਿੰਦੇ ਆ, ਤੇ ਜਿਨ੍ਹਾਂ ਨੂੰ ਐ ਲੱਗਦਾ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਪੰਜਾਬੀ ਨੌਜਵਾਨ ਜਿਹੜੇ ਆ ਉਹ ਇਕੱਲੇ ਬੁਲਟਾਂ ਦੇ ਪਟਾਕੇ ਪਵਾਉਂਦੇ ਆ, ਲੰਡੀਆਂ ਜੀਪਾਂ ਹੀ ਰੱਖਦੇ ਆ, ਪਤਾ ਨਹੀਂ ਕੋਈ ਗਲਤ ਕੰਮਾਂ 'ਚ ਲੱਗ ਜਾਂਦੇ, ਇਦਾਂ ਨਹੀਂ। ਤੁਸੀਂ ਆ ਸਾਰੇ ਪਿੱਛੇ ਦੇਖੋਗੇ ਤਾਂ ਇਹ ਪੰਜਾਬੀਅਤ ਦਾ ਮਾਣ ਵਧਾਉਣ ਵਾਲੇ ਨੇ। ਸੋ ਮੈਨੂੰ ਪਰਮਵੀਰ ਸਿੰਘ ਬਾਠ ਨੂੰ 36ਵੀਂ ਆਸਟ੍ਰੇਲੀਆਈ ਸਿੱਖ ਖੇਡਾਂ ਦੇ ਵਿੱਚ ਲੰਗਰ ਜਿੱਥੇ ਬਣ ਰਿਹਾ ਉੱਥੋਂ ਦਿਓ ਆਗਿਆ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।